बसमिल्लामान पीटी नैशनल तो मैं हाँ मेजबान सोनिया शेख के प्रोग्राम मेरे साथी होस्टवादी वेलकम जी आया नो इस उम्मीद सारे जिथे भी होवोगे राजी होवो खुश होवोगे अपना बहुत ध्यान रखते होवोगे तो ना सिर्फ अपना अपने जुड़े हुए रिश्तिया का भी बहुत ध्यान रखते होवे अज फिर एक नवी शाम नवे पर नए सवाल ਤਿੰਨਾਵੇਂ ਸੈਗਮੈਂਟਸ ਦੇ ਨਾਲ ਅਸੀਂ ਤੁਹਾਡੀ ਖidmat ਇਜਾਜ਼ਤ ਹੈ ਨਾ ਅਸੀਂ ਆਪਣੇ ਪ੍ਰੋਹਰਟ ਪ੍ਰੋਗਰਾਮ ਦੇ ਵਿੱਚ ਨਵੇਂ ਨਵੇਂ ਪ੍ਰੋ ਨੇ ਬੁਲਾਨੇ ਆ ਜਿਹੜੀਆਂ ਸੋਨੀਆਂ ਸੋਨੀਆਂ ਗੱਲਾਂ ਕਰਦੇ ਨੇ ਤੇ ਉਹ ਗੱਲਾਂ ਹੋਣ ਪਾਵੇਂ ਤਾਲੀਮ ਦੇ ਬਾਰੇ ਵਿੱਚ ਇਲਮ ਦੇ ਬਾਰੇ ਵਿੱਚ ਸੂਫੀਜ਼ਮ ਦੇ ਬਾਰੇ ਵਿੱਚ ਜਾਂ ਫਿਰ ਸਿਹਤ ਦੇ ਬਾਰੇ ਸਾਡੇ ਸਾਰੇ ਪ੍ਰੋ ਨੇ ਆਪਣੇ ਆਪਣੇ ਸ਼ੋਬੇ ਦੇ ਮਾਹਿਰ ਹੁੰਦੇ ਨੇ ਤੇ ਉਹ ਜਿਹੜੀਆਂ ਗੱਲਾਂ ਕਰਦੇ ਨੇ ਉਹਦੇ ਵਿੱਚ ਤਫਰੀਹ ਦੇ ਨਾਲ ਨਾਲ ਤਾਲੀਮ ਵੀ ਹੁੰਦੀ ਹੈ ਅੱਜ ਵੀ ਆਪਣੇ ਪਹਿਲੇ ਮਹਿਮਾਨ ਦਾ ਤਾਰਫ ਕਰਾਂ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਵੰਡ ਦੀ ਚਲਾਂ ਸਾਂਝੀ ਕਰਦੀ ਚਲਾਂ ਅੱਜ ਦੀ ਚੰਗੀ ਗੱਲ ਤੇ ਅੱਜ ਦੀ ਚੰਗੀ ਗੱਲ ਐ ਵੀ ਨਾਜ਼ੀਨ ਕਿ ਕਿਸੇ ਸਿਆਨੇ ਨੇ ਕਿੰਨਾ ਸੋਨਾ ਆਖਿਆ ਏ ਕਿ ਜਦੋਂ ਤੁਹਾਡੀ ਅੱਖ ਸੋਹਣੀ ਹੁੰਦੀ ਏ ਤੇ ਤੁਹਾਨੂੰ ਇਹ ਦੁਨੀਆ ਸੋਹਣੀ ਲੱਗਦੀ ਏ ਲੇਕਿਨ ਜੇ ਤੁਹਾਡੀ ਜ਼ੁਬਾਨ ਚੰਗੀ ਏ ਤੇ ਦੁਨੀਆ ਵਾਲੇ ਤੁਹਾਨੂੰ ਚੰਗਾ ਕਹਿੰਦੇ ਨੇ ਯਾਨੀ ਕਿ ਹਮੇਸ਼ਾ ਚੰਗਾ ਬੋਲੋ ਕਦੀ ਕੋਈ ਮੰਦੀ ਗੱਲ ਨਾ ਆਖੋ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਸੁਣਨ ਵਾਲੇ ਤੇ ਉਸ ਗੱਲ ਦਾ ਕੀ ਅਸਰ ਹੁੰਦਾ ਏ ਜਾਂ ਉਹਦਾ ਕਿੰਨਾ ਦਿਲ ਦੁਖਦਾ ਏ ਤੇ ਕਦੀ ਕਿਸੇ ਦਾ ਦਿਲ ਨਾ ਦਿਖਾਓ ਕਿਉਂਕਿ ਦਿਲਾ ਵਿੱਚ ਰੱਬ ਵਸਦਾ ਏ ਤੇ ਯਾਦ ਰੱਖੋ ਕਿ ਕਾਮਯਾਬ ਇਨਸਾਨ ਦੀ ਜ਼ੁਬਾਨ ਹਮੇਸ਼ਾ ਚੰਗੀ ਹੁੰਦੀ ਹੈ ਜੀ ਬਿਲਕੁਲ ਕਾਮਯਾਬ insan ਦੀ ਜ਼ੁਬਾਨ ਵੀ ਚੰਗੀ ਹੁੰਦੀ ਹੈ ਤੇ ਉਹਦੀ ਮੁਸਕਾਨ ਵੀ ਚੰਗੀ ਹੁੰਦੀ ਹੈ ਤੇ ਮੁਸਕਾਨ ਚੰਗੀ ਹੋਣ ਵਾਸਤੇ ਕੀ ਲੋੜ ਹੈ ਸੋਹਣੇ ਦੰਦਾਂ ਦੀ ਲੋੜ ਹੈ ਦੰਦਾਂ ਸਾਹੇ ਦੀ ਲੋੜ ਹੈ ਜਿਹੜੇ ਕਿ ਚਮਕਦੇ ਹੋਣ ਮੁਸਕਾਨ ਹੋਵੇ ਤੇ ਹਰ ਕੋਈ ਤੁਹਾਡੇ ਨੇੜੇ ਆ ਬੈਂਦਾ ਦੂਰ ਦੂਰ ਨਹੀਂ ਜਾਂਦਾ ਤੇ ਗੱਲ ਜੇ ਦੰਦਾਂ ਦੀ ਕਰੀਏ ਤੇ ਦੰਦਾਂ ਦੀ ਹਿਫਾਜ਼ਤ ਜਿਹੜੀ ਉਹ ਬੜੀ ਜ਼ਰੂਰੀ ਹੈ ਇਸ ਕਰਕੇ ਅੱਜ ਜਿਸੀ ਕੋਸ਼ਿਸ਼ ਕੀਤੀ ਇੱਕ ਡਾਕਟਰ ਇੱਕ ਡੈਂਟਿਸਟ ਨੂੰ ਆਪਣੇ ਪ੍ਰੋਗਰਾਮ ਵਿੱਚ ਦਾਵਤ ਦਈਏ ਔਰ ਸਾਡੀਆਂ ਅੱਜ ਦੀਆਂ ਪਹਿਲੀ ਪ੍ਰਾਣੀਆਂ ਜਿਹੜੀਆਂ ਨੇ ਸਟੂਡੀਓ ਵਿੱਚ ਮੌਜੂਦ ਨੇ ਔਰ ਉਹ ਇੱਕ ਡੈਂਟਿਸਟ ਨੇ ਤੁਹਾਨੂੰ ਉਹਨਾਂ ਦਾ ਇੰਟਰੋਡਕਸ਼ਨ ਕਰਾਂਦਾ ਜੱਲਾ ਜਨਾਬ ਅ ਅਸੋਸੀਏਟ ਪ੍ਰੋਫੈਸਰ ਨੇ ਸ਼ੋ ਬਾਈ ਡੈਂਟਿਸਟਰੀ ਨਾਲ ਇਹਨਾਂ ਦਾ ਤਾਲੁਕ ਹੈ ਔਰ ਕਾਫੀ ਅਰਸੇ ਤੋਂ ਦੰਦਾਂ ਦੇ ਹਵਾਲੇ ਨਾਲ ਜਿੰਨੇ ਵੀ ਮਾਮਲੇਤ ਨੇ ਉਹਨਾਂ ਨੂੰ ਠੀਕ ਕਰ ਰਹੀਆਂ ਨੇ ਔਰ ਲੋਕਾਂ ਦੀ ਮੁਸਕਾਨ ਵਾਪਸ ਲੈ ਕੇ ਆ ਰਹੀਆਂ ਨੇ ਸਾਡੇ ਨਾਲ ਮੌਜੂਦ ਨੇ ਡਾਕਟਰ ਫਾਇਕਾ ਯਾਸਰ ਜੀ ਆਇਆਂ ਨੂੰ ਕਹਾਂਗੇ ਤੁਹਾਨੂੰ ਜੀ कैसी तबीयत है तुम्हारी जी बिल्कुल अल्लाह का शुक्र अल्लाह का शुक्र और ਜਿਵੇਂ मैं कह रहा सी और सोनिया ਨੇ ਵੀ ਕਿਹਾ ਕਿ ਦੰਦਾਂ ਦੀ ਗੱਲ ਹੋਵੇ और फिर ਮੁਸਕਾਨ ਨਾਲ ਉਹ ਜੁੜ ਜਾਂਦੀ ਤੇ ਚੰਗੀ ਗੱਲ ਤੁਸੀਂ ਕਰੋ ਲੇਕਿਨ ਦੰਦ ਚ ਪੀੜ ਹੋਵੇ ਤੇ ਚੰਗੀ ਗੱਲ ਨਿਕਲ ਨਹੀਂ ਸਕਦੀ ਫਿਰ ਪੀੜ ਹੀ ਹੁੰਦੀ ਰਹਿੰਦੀ ਹੈ ਜੀ ਬਿਲਕੁਲ ਐਸੀ ਤਰ੍ਹਾਂ ਹੀ ਹੈ ਨਾ ਤੇ ਸਾਡੇ ਇਥੇ ਇੱਕ ਚਲਨ ਇਹ ਵੇਖਿਆ ਗਿਆ ਕਿ ਅਸੀਂ ਕਾਫੀ ਚੀਜ਼ਾਂ ਦੇ ਉੱਤੇ ਪੈਸਾ ਤੇ ਲਾਉਂਦੇ ਹਾਂ ਲੇਕਿਨ ਦੰਦਾਂ ਦੇ ਹਵਾਲੇ ਨਾਲ ਕੋਈ ਬਹੁਤ ਜ਼ਿਆਦਾ ਅਸੀਂ ਧਿਆਨ ਨਹੀਂ ਦਿੰਦੇ ਸ਼ਾਇਦ ਜਾਂ ਉਹਨਾਂ ਨੂੰ ਬਿਲਕੁਲ ਹੀ ਫੋਰ ਗਰੰਟਡ じゃ ਰੱਖ ਲੈਣੇ ਇਹਦੀ ਕੀ وجہ ਇਹਦੀ ਸਭ ਤੋਂ ਪਹਿਲੀ وجہ ਤੇ ਹੈ ਕਿ ਅਗਾਹੀ ਪ੍ਰੋਗਰਾਮਸ ਇੰਨੇ ਜ਼ਿਆਦਾ ਨਹੀਂ ਸਾਡੇ ਮੁਲਕ ਦੇ ਵਿੱਚ ਠੀਕ ਹੈ ਤੇ ਹੁਣ ਆ ਹਿਸਤਾ ਆ ਹਿਸਤਾ ਲੋਕਾਂ ਦੇ ਵਿੱਚ ਇਹ ਸ਼ਾਉਰ ਤੇ ਅਗਾਹੀ ਵਧ ਰਹੀ ਹੈ ਕਿ ਦੰਦਾ ਦਾ ਖਿਆਲ ਰੱਖਣਾ ਹੈ ਉਹਨਾਂ ਦੀ ਹਿਫਾਜ਼ਤ ਵੀ 19 ਜ਼ਰੂਰੀ ਹੈ ਜਿਸ ਤਰ੍ਹਾਂ ਸਾਡੀ ਬਾਕੀ ਜਿਸਮ ਦੇ امراض ਨੂੰ ਤਵੱਜਾ ਚਾਹੀਦੀ ਹੈ ਇਸੇ ਤਰ੍ਹਾਂ ਸੇ ਇਸੇ ਤਰ੍ਹਾਂ ਦੰਦਾਂ ਨੂੰ ਵੀ ਉਨੀ ਹੀ ਤਵੱਜਾ ਚਾਹੀਦੀ ਏ ਤੇ ਹੁਣ ਮੈਂ ਬਲਕਿ ਇਹ ਕਹਾਂਗੀ ਕਿ ਵਕਤ ਗੁਜ਼ਰਨ ਦੇ ਨਾਲ ਨਾਲ ਲੋਕਾਂ ਨੂੰ ਇਸ ਚੀਜ਼ ਦੀ ਅਗਾਹੀ ਤੇ ਸ਼ੂਰ ਪੈਦਾ ਹੋ ਰਿਹਾ ਹੈ ਤੇ ਆਇਸਤਾ ਆਇਸਤਾ ਉਹ ਇਸ ਚੀਜ਼ ਦੀ ਅਹਿਮੀਅਤ ਨੂੰ ਸਮਝ ਰਹੇ ਨੇ ਕਿ ਦੰਦ ਵੀ ਉਨੇ ਹੀ ਜ਼ਰੂਰੀ ਨੇ ਜਿੰਨੇ ਕਿ ਬਾਕੀ ਜਿਸਮ ਦੇ ਹਿੱਸੇ ਆਜ਼ਾ ਬਿਲਕੁਲ ਆਜ਼ਾ ਨੂੰ ਤਵੱਜਾ ਚਾਹੀਦੀ ਹੈ ਜੀ ਬਿਲਕੁਲ ਔਰ ਇਹਦੇ ਨਾਲ ਕਿਤੇ ਨਾ ਕਿਤੇ ਸਿਆ ਵੀ ਵੇਖਨੇ ਆ ਕਿ ਦੰਦ ਜਿਹੜੇ ਨੇ ਅਗਰ ਉਹ ਪੀੜ ਕਰ ਰਹੇ ਨੇ ਜਾਂ ਮੂੰਹ ਦੇ ਵਿੱਚ ਕੋਈ ਵੀ ਮਸਲਾ ਤੇ ਉਹ ਡਾਇਰੈਕਟਲੀ ਬਹੁਤ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਜਨਮ ਦੇ ਸਕਦੇ ਤੇ ਸਾਡੇ ਇਥੇ ਅਗਰ ਪਾਕਿਸਤਾਨ ਦੀ ਗੱਲ ਕਰ ਲਈਏ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਸਾਡੇ ਖਾਬੇ ਨੇ ਕਿਉਂਕਿ ਬੜੀਆਂ ਆਇਲੀ ਚੀਜ਼ਾਂ ਅਸੀਂ ਖਾਂਦੇ ਆ ਮਸਾਲੇ ਵਾਲੇ ਖਾਣੇ ਸਾਡੇ ਹੁੰਦੇ ਨੇ ਡੀਪ ਫਰਾਈਡ ਚੀਜ਼ਾਂ ਹੁੰਦੀਆਂ ਨੇ ਜੀ ਬਿਲਕੁਲ ਉਹਦੇ ਕਰਕੇ ਸਾਡੇ ਜਿਹੜਾ ਮਾਉਥ ਦੀ ਹੈਲਥ ਉਦਿਸ਼ੇ ਤੇ ਉਦੋਂ ਤੇ ਕੀ ਡਾਇਰੈਕਟਰ ਸਰਪੰਦਾ ਅੱਛਾ ਜਿੱਥੋਂ ਤੱਕ ਖਾਬਿਆਂ ਦਾ ਤਾਲੁਕ ਹੈ ਮੈਂ ਇਹ ਕਵਾਂਗੀ ਕਿ ਖਾਬੇ ਸ਼ਹਿਰਾਂ ਦੇ ਫਰਕ ਨੇ ਤੇ ਪਿੰਡਾਂ ਦੇ ਫਰਕ ਨੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਰੋਟੀ ਦਾ ਇਸਤੇਮਾਲ ਹੈ ਜਿਹਨੂੰ ਅਸੀਂ ਫਾਈਬਰ ਡਾਈਟ ਕਹਿੰਦੇ ਆ ਉਹ ਚੰਗੀ ਚੀਜ਼ ਹੈ ਸ਼ਹਿਰਾਂ ਦੇ ਖਾਬਿਆਂ ਦਾ ਫਰਕ ਹੈ ਵੇ ਕਿ ਜਿਸ ਤਰ੍ਹਾਂ ਹੁਣ ਟਰੈਂਡਸ ਡਿਫਰੈਂਟ ਹੋ ਗਏ ਨੇ ਫਰਕ ਹੋ ਗਏ ਨੇ ਤੇ ਹੁਣ ਫਾਸਟ ਫੂਡ ਦਾ ਰੁਝਾਨ ਵੱਧਾ ਜਾ ਰਿਹਾ ਹੈ ਖਾਸ ਤੌਰ ਤੇ ਸਾਡੀ ਯੰਗ ਜਨ ਜਨਰੇਸ਼ਨ ਦੇ ਵਿੱਚ ਬੱਚਿਆਂ ਦੇ ਵਿੱਚ ਫਾਸਟ ਫੂਡ ਦਾ ਰੁਝਾਨ ਬਹੁਤ ਵੱਧਾ ਜਾ ਰਿਹਾ ਹੈ ਜੋ ਕਿ ਮੂੰਹ ਦੇ ਵਾਸਤੇ ਇਹਨੇ ਅੱਛੇ ਨਹੀਂ ਕਿਉਂਕਿ ਇੱਕ ਤੇ وجہ ਐ ਵੇ ਕਿ ਉਹ ਨਰਮ ਗਿਜ਼ਾ ਹੈ ਤੇ ਉਹ ਚਿਪਕਦੀ ਜ਼ਿਆਦਾ ਹੈ ਦੰਦਾਂ ਦੇ ਵਿੱਚ ਫਸਦੀ ਜ਼ਿਆਦਾ ਹੈ ਤੇ ਜ਼ਿਆਦਾ ਦੇਰ ਤੱਕ ਉੱਥੇ ਰਹਿੰਦੀ ਹੈ ਤੇ ਮੈਂ ਇਹ ਕਹਾਂਗੀ ਕਿ ਜਿਸ ਤਰ੍ਹਾਂ ਫਾਈਬਰ ਡਾਈਟ ਹੈ ਉਹ ਦੰਦਾਂ ਦੀ ਸਿਹਤ ਦੇ ਵਾਸਤੇ ਜ਼ਿਆਦਾ ਚੰਗੀ ਹੈ ਬਨਿਸਬਤ ਕਿ ਅਸੀਂ ਇਸ ਤਰ੍ਹਾਂ ਦੀ ਗਿਜ਼ਾ ਖਾਈਏ ਜੋ ਕਿ ਮੈਦੇ ਦੀ ਬਨੀਆਂ ਚੀਜ਼ਾਂ ਨੇ ਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਆਇਲੀ ਚੀਜ਼ਾਂ ਨੇ ਆਇਲੀ ਚੀਜ਼ਾਂ ਦੰਦਾਂ ਦੇ ਵਾਸਤੇ ਲਾਜ਼ਮੀ ਤੌਰ ਤੇ ਡੈਫੀਨੇਟਲੀ ਨੁਕਸਾਨਦੇ ਨੇ ਬਟ ਮੈਦੇ ਵਾਸਤੇ ਹੋਰ ਜ਼ਿਆਦਾ ਨੁਕਸਾਨਦੇ ਨੇ ਅੱਛਾ ਇੱਥੇ ਇਹ ਦੱਸ ਦਿਓ ਚਲੋ ਡਾਕਟਰ ਸਾਹਿਬਾ ਕਿ ਮੂੰਹ ਦੇ ਕੈਂਸਰ ਬੇਸਿਕਲੀ ਕੀ ਏ ਇਹਦੀਆਂ ਕੀ ਵਜੂਹਾਂਤ ਨੇ ਤੇ ਇਹਦੇ ਚੋਂ ਕਿਸ ਤਰ੍ਹਾਂ ਜਿਹੜਾ ਨਾ ਇਹਦੇ ਤੋਂ ਬਚਿਆ ਜਾ ਸਕਦਾ ਜੀ ਮੂੰਹ ਦਾ ਜਿਹੜਾ ਕੈਂਸਰ ਹੈ ਉਹ ਆਗਾਜ਼ ਸੀ ਬਿਲਕੁਲ ਇੱਕ ਛਾਲੇ ਦੀ ਤਰ੍ਹਾਂ ਨਮੂਦਾਰ ਹੁੰਦਾ ਹੈ ਕਈ ਵਾਰੀ ਤੇ ਮਰੀ ਸਮਝਦਾ ਹੈ ਕਿ ਜਿਸ ਤਰ੍ਹਾਂ ਇਹ ਕਾਮ ਜਾਂ ਛਾਲਾ ਹੈ ਤੇ ਖਾਸ ਕਰਕੇ ਪਿੰਡਾਂ ਦੇ ਵਿੱਚ ਉਹ ਅਤਾਈ ਕੋਲ ਚਲੇ ਜਾਣਗੇ ਤੇ ਉਹ ਸਮਝਣਗੇ ਕਿ ਛਾਲਾ ਆਪੇ ਆਪ ਠੀਕ ਹੋ ਜਾਏਗਾ ਇਸ ਤਰ੍ਹਾਂ ਨਹੀਂ ਹੁੰਦਾ ਉਹ ਛਾਲਾ ਵੱਡਾ ਜਾਂਦਾ ਹੈ ਵੱਡਾ ਜਾਂਦਾ ਹੈ ਅਸਲ 'ਚ ਉਹ ਛਾਲਾ ਨਹੀਂ ਹੁੰਦਾ ਉਹ ਇੱਕ ਕੈਂਸਰ ਹੁੰਦਾ ਹੈ ਜਿਹੜਾ ਬਿਲਕੁਲ ਆਗਾਜ਼ ਹੁੰਦਾ ਹੈ ਉਹਦਾ ਕੈਂਸਰ ਦਾ ਤੇ ਜੇ ਤੇ ਤੁਸੀਂ ਡੈਂਟਿਸਟ ਕੋਲ ਜਾਂ ਸਹੀ ਹਸਪਤਾਲ 'ਚ ਚਲੇ ਜਾਓ ਸਹੀ ਇਲਾਜ ਤੁਹਾਨੂੰ ਬਰਵਕਤ ਲੱਭ ਜਾਏ ਤੇ ਫਿਰ ਤੇ ਉਹਦਾ ਇਲਾਜ ਵੀ ਆਸਾਨ ਹੈ ਤੇ ਜੇ ਤੁਸੀਂ ਉਹਨੂੰ ਡਿਲੇ ਕਰੋ ਉਹਨੂੰ ਤੁਸੀਂ ਵਕਤ ਦੇ ਉੱਤੇ ਆ ਕੇ ਨਾ ਦਿਖਾਓ ਤੇ ਫਿਰ ਉਹਦਾ ਇਲਾਜ ਵੀ ਮੁਸ਼ਕਿਲ ਹੈ ਜੀ ਜੀ ਡਾਕਟਰ ਸਾਹਿਬ ਜਿਵੇਂ ਅਸੀਂ ਜਾਣਦੇ ਆ ਕਿ ਦੰਦ ਜਿਹੜੇ ਨੇ ਉਹ ਦੇਰਪਾ ਹੁੰਦੇ ਨੇ ਲੇਕਿਨ ਉਹ ਦੇਰਪਾ ਉਦੋਂ ਹੀ ਹੁੰਦੇ ਨੇ ਜਦੋਂ ਉਹਨਾਂ ਦੀ ਹਿਫਾਜ਼ਤ ਕੀਤੀ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਤੇ ਕਦੀ ਮਾਜ਼ੀ ਦੀ ਜਿਹੜੀ ਮਮੀਜ਼ ਨਿਕਲੀਆਂ ਜਾਂ ਕੋਈ ਵੀ ਢਾਂਚੇ ਮਿਲਦੇ ਨੇ ਤੇ ਉਹ ਦੰਦ ਇੰਟੈਕਟ ਹੁੰਦੇ ਨੇ ਉਥੋਂ ਸਾਨੂੰ ਡੀਐਨਏ ਦੀ ਇਨਫੋਰਮੇਸ਼ਨ ਵੀ ਮਿਲ ਜਾਂਦੀ ਹੈ ਜੀ ਬਿਲਕੁਲ ਲੇਕਿਨ ਉਹ ਮਾਜ਼ੀ ਦੀਆਂ ਖੁਰਾਕਾਂ ਦੀ ਵਜ੍ਹਾ ਤੋਂ ਸ਼ਾਇਦ ਕਿਤੇ ਨਾ ਕਿਤੇ ਮਹਿਫੂਜ਼ ਰਹਿ ਗਏ ਹੁਣ ਅਸੀਂ ਕੋਲ ਡਰਿੰਕਸ ਵਗੈਰਾ ਜਿਵੇਂ ਤੁਸੀਂ ਪਹਿਲੇ ਗੱਲ ਕੀਤੀ ਦੀ ਫਰਾਈਡ ਚੀਜ਼ਾਂ ਉਹਦੇ ਕਰਕੇ ਉਹ ਖਰਾਬ ਹੋ ਰਿਹਾ ਤੇ ਸਫਾਈ ਬੜੀ ਹੈ ਹਮ ਇੱਕ ਚੀਜ਼ ਸਭ ਤੋਂ ਜ਼ਰੂਰੀ ਚੀਜ਼ ਸਫਾਈ ਹੈ ਕਿੰਨੀ ਵਾਰੀ ਇੱਕ ਤੇ ਸਫਾਈ ਹੋਣੀ ਚਾਹੀਦੀ ਦੰਦ ਦੀ 24 ਘੰਟੇ ਦੇ ਵਿੱਚ ਕਦੋਂ ਕਦੋਂ ਤੁਸੀਂ ਕਰ ਸਕਦੇ ਹੋ ਜਾਂ ਕਰਨੀ ਚਾਹੀਦੀ ਦੂਸਰਾ ਕਿਹੜੇ ਤਰੀਕੇ ਨਾਲ ਕਰਨੀ ਚਾਹੀਦੀ ਯਾਨੀ ਕਿਸੇ ਕੋਲ ਮਿਸਵਾਕ ਹੈ ਕਿਸੇ ਕੋਲ ਬ੍ਰਸ਼ ਹੈ ਕਿਸੇ ਕੋਲ ਮੰਜਣ ਹੈ ਕੋਈ ਕੋਇਲਾ ਇਸਤੇਮਾਲ ਕਰਦਾ ਹੈ ਕੋਈ ਨਮਕ ਇਸਤੇਮਾਲ ਕਰਦਾ ਹੈ ਕਈ ਇੱਕ ਤਰੀਕੇ ਨੇ ਇਹ ਤੁਹਾਡਾ ਬੜਾ ਅੱਛਾ ਸਵਾਲ ਹੈ ਆ ਮੰਜਨ ਕੋਇਲਾ ਵਗੈਰਾ ਪਹਿਲੇ ਇਸਤੇਮਾਲ ਹੁੰਦਾ ਸੀ ਤੇ ਕਿਉਂਕਿ ਰਿਸਰਚ ਇੰਨੀ ਨਹੀਂ ਹੁੰਦੀ ਸੀ ਸਾਡੇ ਇੰਟਰਨੈਟ ਤੇ ਮਵਾਸਲਤੀ ਸਿਲਸਿਲੇ ਨੇ ਚੰਗੇ ਨਹੀਂ ਸੀ ਤੇ ਚੀਜ਼ਾਂ ਬਹੁਤ ਜ਼ਿਆਦਾ ਛੁਪੀਆਂ ਰਹਿੰਦੀਆਂ ਸੀ ਹਾਲਾਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਨੁਕਸਾਨਦੇ ਨੇ ਅੱਛਾ ਮੰਜਨ ਜਿਹੜੇ ਨੇ ਉਹ ਦੰਦਾਂ ਦੀ ਸਤ੍ਹਾ ਨੂੰ ਜਿਹਨੂੰ ਇਨੇਮਲ ਕਹਿੰਦੇ ਨੇ ਪੋਰ ਦਿੰਦੇ ਨੇ ਅੱਛਾ ਤੇ ਜਿੱਥੋਂ ਤੱਕ ਤੁਸੀਂ ਪੁੱਛਿਆ ਕਿ ਜਿਹੜੀ ਟੂਥਪੇਸਟ ਹੈ ਬ੍ਰਸ਼ ਹੈ ਉਹ ਠੀਕ ਹੈ ਤੁਸੀਂ ਜਦੋਂ ਬਾਜ਼ਾਰ ਬਰਸ਼ ਖਰੀਦਣ ਜਾਂਦੇ ਹੋ ਤੇ ਤੁਸੀਂ ਬਰਸ਼ ਦੇ ਉੱਤੇ ਇੱਕ ਲੇਬਲ ਪੜਦੇ ਹੋ ਸੌਫਟ ਮੀਡੀਅਮ ਜਾਂ ਹਾਰਡ ਤੇ ਉਹਦੇ ਚ ਐਡਵਾਈਜ਼ੇਬਲ ਹੈ ਵੇ ਕਿ ਤੁਸੀਂ ਮੀਡੀਅਮ ਵਾਲਾ ਟੂਥਪੇਸਟ ਆਪਣੇ ਵਾਸਤੇ ਚੁਣੋ ਤੇ ਉਹ ਇਸਤੇਮਾਲ ਕਰੋ ਜਿਹੜੇ ਸੌਫਟ ਨੇ ਉਹ ਮੁਖਤਲਿਫ ਅਮਰਾਜ਼ ਨੇ ਉਹਨਾਂ ਦੇ ਵਾਸਤੇ ਇਸਤੇਮਾਲ ਹੁੰਦਾ ਹੈ ਤੇ ਹਾਰਡ ਜਿਹੜਾ ਹੈ ਉਹ ਕਿਉਂਕਿ ਇੰਨੇ ਸਖਤ ਉਹਦੇ ਬ੍ਰਿਸਟਲ ਹੁੰਦੇ ਨੇ ਕਿ ਮਰੀਜ਼ ਇੱਕ ਵਾਰੀ ਦੋ ਵਾਰੀ ਇਸਤੇਮਾਲ ਕਰਕੇ ਉਹਨੂੰ ਮਜ਼ੀਦ ਇਸਤੇਮਾਲ ਨਹੀਂ ਕਰ ਸਕਦਾ ਕਿਉਂਕਿ ਉਹ ਟਰਾਮਾ ਤੇ ਇੰਜਰੀ ਕਰਦਾ ਹੈ ਡੈਮੇਜ ਕਰਦਾ ਹੈ ਬਸੂੜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਕਈ ਵਾਰੀ ਮਸੂੜਿਆਂ ਤੋਂ ਖੂਨ ਦੀ ਵੀ ਸ਼ਿਕਾਇਤ ਆ ਜਾਂਦੀ ਹੈ ਤੇ ਮਰੀਜ਼ ਯੂਜੂਲੀ ਇਸ ਤਰ੍ਹਾਂ ਦੇ ਤਰੀਕਿਆਂ ਤੇ ਅਮਲ ਨਹੀਂ ਕਰਦਾ ਕੋਇਲਾ ਨੁਕਸਾਨਦੇ ਹੈ ਮੰਜਨ ਨੁਕਸਾਨਦੇ ਨੇ ਤੇ ਕੋਈ ਵੀ ਅੱਛਾ ਜਿਸ ਤਰ੍ਹਾਂ Medium, आ, आ, है, है ब्रश મે ਤੁਹਾਨੂੰ ਦੱਸਿਆ ਮੀਡੀਅਮ ਲੈ ਲਓ ਤੇ ਕੋਈ ਵੀ ਅੱਛੀ ਟੂਥਪੇਸਟ ਲੈ ਲਓ ਟੂਥਪੇਸਟ ਦੇ ਵਿੱਚ ਮੈਂ ਤੁਹਾਨੂੰ ਇਹ ਜ਼ਰੂਰ ਮੈਂਸ਼ਨ ਕਰਾਂਗੀ ਕਿ ਟੂਥਪੇਸਟ ਜਿਨ੍ਹਾਂ ਦੇ ਵਿੱਚ ਫਲੋਰਾਈਡ ਹੈ ਉਹ ਚੰਗੇ ਨੇ ਫਲੋਰਾਈਡ ਵਾਲੇ ਟੂਥਪੇਸਟ ਅ ਬਟ ਫਲੋਰਾਈਡ ਜਿਹੜਾ ਹੈ ਉਹ ਬੱਚਿਆਂ ਵਾਸਤੇ ਜਿਹੜੇ ਰეკਮੈਂਡੇਡ ਡੋਸ ਹੈ ਉਹ ਹੈ ਕਿ ਤੁਸੀਂ ਛੋਟਾ ਬਰਸ਼ ਬੱਚਿਆਂ ਵਾਸਤੇ ਇੱਕ ਤੇ ਖਰੀਦੋ ਤੇ ਜਿਹਨੂੰ ਪੀ ਸਾਈਜ਼ ਮਟਰ ਦੇ ਸਾਈਜ਼ ਦੇ ਬਰਾਬਰ ਉਹਨੂੰ ਟੂਥਪੇਸਟ ਲਗਾ ਕੇ ਦਿਓ ਸਹੀ ਕਿਉਂਕਿ ਕਿਸੇ ਵੀ ਬਾਡੀ ਦੇ ਵਿੱਚ ਮਿਨਰਲ ਦੀ ਜਿਸਮ ਦੇ ਵਿੱਚ ਮਿਨਰਲ ਦੀ ਜ਼ਿਆਤੀ ਵੀ ਚੰਗੀ ਨਹੀਂ ਤੇ ਘਟਣਾ ਵੀ ਚੰਗਾ ਨਹੀਂ ਜੀ ਬਿਲਕੁਲ ਇਸੇ ਤਰ੍ਹਾਂ ਇਹ ਫਲੋਰਾਈਡਸ ਨੇ ਜੇ ਫਲੋਰਾਈਡਸ ਵੱਧ ਜਾਣ ਜਿਸ ਤਰ੍ਹਾਂ ਮੀਆਂਵਾਲੀ ਦੇ ਇਲਾਕੇ 'ਚ ਤੁਸੀਂ ਦੇਖਿਆ ਹੋਵੇਗਾ ਕਿ ਲੋਕਾਂ ਦੇ ਦੰਦਾਂ ਦੇ ਬੜੇ ਖੂਬਸੂਰਤ ਮਜ਼ਬੂਤ ਦੰਦ ਹੁੰਦੇ ਨੇ ਵੈਸੇ ਤੇ ਉਹਨਾਂ ਦੇ ਲੇਕਿਨ ਇੱਕ ਪੀਲੀ ਜੀ ਲਾਈਨ ਉਹਨਾਂ ਦੇ ਦੰਦਾਂ ਤੇ ਦਿਸਦੀ ਹੈ ਉਹ ਉਦੀ ਵਜ੍ਹਾ ਹੈ ਕਿ ਉਹਨਾਂ ਇਲਾਕਿਆਂ ਦੇ ਵਿੱਚ ਨੇਚਰਲ ਜਿਹੜੀ ਕੁਦਰਤੀ ਤੌਰ ਤੇ ਫਲੋਰਾਈਡ ਦੀ ਮਿਕਦਾਰ ਬਹੁਤ ਜ਼ਿਆਦਾ ਹੈ ਤੇ ਬੱਚਿਆਂ ਵਾਸਤੇ ਜਦੋਂ ਤੁਸੀਂ ਟੂਥਪੇਸ ਲਗਾ ਕੇ ਦੇਦੇ ਆ ਫਲੋਰਾਈਡ ਕਿਉਂਕਿ ਵੈਸੇ ਇਹ ਖੋੜਾ ਬਚਾਂਦਾ ਹੈ ਖੋੜਾਂ ਤੋਂ ਦੰਦਾਂ ਨੂੰ ਬਚਾਂਦਾ ਹੈ ਇਹ ਜ਼ਰੂਰੀ ਹੈ ਲੇਕਿਨ ਤੁਸੀਂ ਬੱਚਿਆਂ ਨੂੰ ਥੋੜੀ ਮਿਕਦਾਰ ਲਾ ਕੇ ਦੇਣੀ ਹੈ ਕਿਉਂਕਿ ਉਹਨਾਂ ਦੇ ਦੰਦ ਹਾਲੇ ਬਣ ਰਹੇ ਨੇ ਉਹਨਾਂ ਦੇ ਡਿਸਿਡੂਅਸ ਟੀਥ ਨੇ ਜਿਨ੍ਹਾਂ ਨੂੰ ਤੁਸੀਂ ਦੁੱਧ ਦੇ ਦੰਦ ਕਹਿੰਦੇ ਹੋ ਉਸ ਤੋਂ ਬਾਅਦ ਉਹਨਾਂ ਦੇ ਪਰਮਨੈਂਟ ਦੰਦ ਆਨੇ ਨੇ ਮਜ਼ਬੂਤ ਜਿਹੜੇ ਬਾਅਦ ਚ ਦੰਦ ਆਉਂਦੇ ਨੇ ਤੇ ਉਹ ਫਲੋਰਾਈਡ ਦੀ ਜ਼ਿਆਤੀ ਵੀ ਠੀਕ ਨਹੀਂ ਤੇ ਕਮੀ ਵੀ ਠੀਕ ਨਹੀਂ ਤੇ ਮੂੰਹ ਦੀ 스멜 ਹੋ ਜਾਏ ਜਾਂ ਸੈਂਸਿਟੀਵਿਟੀ ਹੋ ਜਾਏ ਜਾਂ ਬਲੀਡਿੰਗ ਹੋ ਜਾਏ ਕੈਵਿਟੀ ਦੀ ਵੀ ਅਸੀਂ ਗੱਲ ਕੀਤੀ ਹੈ ਛੋਟੇ ਬੱਚਿਆਂ ਨੂੰ ਕਿੰਨੀ ਟੂਥਪੇਸਟ ਲਾ ਕੇ ਦੇਣੀ ਹੈ ਉਹਦੇ ਤੋਂ ਲੈ ਕੇ ਤੇ ਦੰਦ ਟੇੜੇ ਮੇੜੇ ਉੱਗ ਜਾਂਦੇ ਉਹਨਾਂ ਦਾ ਕੀ ਤਰੀਕਾ ਇਲਾਜ ਲੇਕਿਨ ਟੇੜੇ ਮੇੜੇ ਉੱਗ ਜਾਂਦੇ ਬ੍ਰੇਸਸ ਤੇ ਲੱਗਦੇ ਨੇ ਲੋਕ ਸਮਝਦੇ ਨੇ ਕਿ ਇਹ ਮਹਿੰਗਾ ਤਰੀਕਾ ਇਲਾਜ ਹੈ ਯਾ ਇਹਦੇ ਨਾਲ ਦੰਦਾਂ ਨਾਲ ਜੁੜੀਆਂ ਹੋਰ ਜਿੰਨੀਆਂ ਵੀ ਚੀਜ਼ਾਂ ਨੇ ਉਹ ਉੱਥੋਂ ਪੈਸੇ ਬਚਾ ਹੀ ਲਈਏ ਤੇ ਬਿਹਤਰ ਹੈ ਕੁਝ ਹੋਰ ਖਰੀਦ ਲਈ ਦੋ ਨਵੇਂ ਜੋੜੇ ਖਰੀਦ ਲਏ ਤੇ ਜੋੜੇ ਪਾ ਕੇ ਤੇ ਬਾਅਦ ਚ ਅਗਰ ਦੰਦ ਹੀ ਪੀੜ ਕਰਦੇ ਰਹਿਣ ਤਾਂ ਜ਼ਾਹਰ ਫਿਰ ਉਹ ਬਹੁਤ ਚੰਗੀ ਗੱਲ ਤੇ ਨਹੀਂ ਕਿਾ ਬਹੁਤ ਮਹਿੰਗਾ ਤਰੀਕਾ ਇਲਾਜ ਦੰਦਾਂ ਦਾ ਅੱਛਾ ਦੰਦਾਂ ਦਾ ਇੱਕ ਆਮ ਇਹ ਹੀ ਖਿਆਲ ਹੈ ਲੋਕਾਂ ਦਾ ਕਿ ਇਹ ਜ਼ਰਾ ਕੋਸਟਲੀ ਤੇ ਮਹਿੰਗਾ ਇਲਾਜ ਹੈ ਹੂੰ ਜੇ ਤੁਸੀਂ ਆਪ ਹੀ ਸਫਾਈ ਰੱਖੋ ਤੁਸੀਂ ਆਪਣੇ ਦੰਦਾਂ ਦਾ ਸਾਜ਼ ਬਣ ਜਾਓ ਤੇ ਤੁਹਾਨੂੰ ਕਿਸੇ ਹੋਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਲੋੜ ਹੀ ਨਹੀਂ ਤੁਸੀਂ ਆਪਣਾ ਇਲਾਜ ਕਰੋ ਆਪਣੇ ਸਫਾਈ ਰੱਖੋ ਤੇ ਸਭ ਤੋਂ ਵਧੀਆ ਗੱਲ ਹੈ ਤੇ ਜਿਹੜੀ ਆ ਤਰੀਕਾ ਇਲਾਜ ਦਾ ਮੈਂ ਤੁਹਾਨੂੰ ਇਹ ਦੱਸਾਂ ਕਿ ਜਿੱਥੇ ਪ੍ਰਾਈਵੇਟ ਕਲੀਨਿਕ ਨੇ ਉਹ ਯਕੀਨਨ ਮਹਿੰਗੇ ਨੇ ਤੇ ਲੇਕਿਨ ਉਸ ਦੇ ਨਾਲ-ਨਾਲ ਸਰਕਾਰੀ ਹਸਪਤਾਲ ਵੀ ਨੇ ਟੀਚਿੰਗ ਹਸਪਤਾਲ ਵੀ ਨੇ ਜਿੱਥੇ ਤਰੀਕਾ ਇਲਾਜ ਜਿਹੜਾ ਸਸਤਾ ਹੈ ਇਨੀ ਕਾਸਟ ਨਹੀਂ ਕਿਉਂਕਿ ਉੱਥੇ ਜਿਹੜੇ ਡੈਂਟਿਸਟ ਬਣ ਰਹੇ ਨੇ ਉਹ ਵੀ ਕੰਮ ਸਿੱਖ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਸਪੈਸ਼ਲਾਈਜ਼ੇਸ਼ਨ ਕਰ ਰਹੇ ਨੇ ਉਹਨਾਂ ਦਾ ਹੱਥ ਵੀ ਸਹੀ ਹੁੰਦਾ ਹੈ ਤੇ ਉਹ ਕੰਮ ਵੀ ਠੀਕ ਕਰਦੇ ਨੇ ਉੱਥੇ ਵੀ ਜਾ ਸਕਦੇ ਨੇ ਮਸਲਾ ਸਿਰਫ ਇਹ ਹੈ ਵੇ ਕਿ ਸ਼ੂਰਤ ਤੇ ਅਗਾਂਹ ਹੀ ਨਹੀਂ लोगों को पता नहीं कि कोई ऐसी भी जगह है जिथे अगर वो एक जगह बहुत ज़्यादा पैसे देके काम करा रहे हैं तो एक वो भी जगह है जिथे बड़े नॉमिनल आम थोड़े जे चार्जेस ने तो भी इलाज हो सकता है तो इस तरह है ਤੇ ਉਹ ਜਾ ਸਕਦੇ ਨੇ ਤੇ ਇਲਾਜ کرا ਸਕਦੇ ਨੇ ਕੋਈ ਐਸੀ ਨਹੀਂ ਆਪਣੀ ਪਾਕਟ ਦੇ ਹਿਸਾਬ ਨਾਲ ਹਿਸਾਬ ਨਾਲ ਦੂਸਰੀ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਤੁਸੀਂ ਸ਼ੁਰੂ ਚ ਇੱਕ ਚੀਜ਼ ਨੂੰ ਫੜ ਲਓ ਜਿਸ ਤਰ੍ਹਾਂ ਇੱਕ ਖੋੜ ਬਣੀ ਹੈ ਖੋੜ ਪਰ ਆ ਲੋ ਤੇ ਉਹ ਇੰਨਾ ਮਹਿੰਗਾ ਤਰੀਕਾ ਵੀ ਨਹੀਂ ਇੰਨਾ ਮਹਿੰਗਾ ਇਲਾਜ ਵੀ ਨਹੀਂ ਨਾਲੇ ਇੱਕ ਸੈਟਿੰਗ ਚ ਇੱਕ ਵਾਰੀ ਜਾਓ ਤੇ ਖੋੜ ਪਰ ਆ ਲੋ ਤੇ ਆ ਜਾਓ ਠੀਕ ਹੈ ਲੇਕਿਨ ਜੇ ਤੁਸੀਂ ਉਸ ਖੋੜ ਨੂੰ ਨਹੀਂ ਠੀਕ ਕਰਦੇ ਤੇ ਵੱਧੇ ਵੱਧੇ ਜਿਹੜਾ ਸਾਫਟ ਟਿਸ਼ੂ ਹੈ ਦੰਦ ਦਾ ਜਿਹਨੂੰ ਪਲਕ ਕਈਦਾ ਗੋਦਾ ਜੜਾ ਉਦੋਂ ਤੱਕ ਚਲਾ ਜੇ ਤੇ ਫਿਰ ਰੂਟ ਕਨਲ ਟਰੀਟਮੈਂਟ ਕਰਾਨੀ ਪੈਂਦੀ ਉਹ ਫਿਰ ਇੱਕ ਮਹਿੰਗਾ ਤਰੀਕਾ ਹੈ ਉਹਦੇ ਤੇ ਪੈਸੇ ਵੀ ਜ਼ਿਆਦਾ ਲੱਗਦੇ ਨੇ ਫਿਰ ਉਹਦੇ ਤੇ ਸਿਟਿੰਗਸ ਵੀ ਜ਼ਿਆਦਾ ਨੇ ਦੋ ਤੋਂ ਤਿੰਨ ਵਾਰੀ ਮਰੀਜ਼ ਨੂੰ ਬੁਲਾਉਣਾ ਪੈਂਦਾ ਜੀ ਤਕਲੀਫ ਜ਼ਾਹਿਰ ਹੈ ਵੱਧ ਜਾਂਦੀ ਹੈ ਤੇ ਇਹ ਫਿਰ ਸ਼ੌਰ ਤੇ ਗਾਹੀ ਦੇ ਪ੍ਰੋਗਰਾਮ ਇਸ ਤਰ੍ਹਾਂ ਦੇ ਹੋਣ ਜਿਨੂੰ ਜਿੱਥੇ ਮਰੀਜ਼ਾਂ ਨੂੰ ਦੱਸਿਆ ਜਾਏ ਲੋਕਾਂ ਨੂੰ ਆਮ ਦੇ ਹਾਦ ਦੇ ਲੋਕਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਹਨਾਂ ਦੰਦਾਂ ਦੀ ਸਿਹਤ ਦੇ ਬਾਰੇ ਵਿੱਚ ਨਹੀਂ ਪਤਾ ਦੱਸਿਆ ਜਾਏ ਤੇ ਮੈਨੂੰ ਯਕੀਨ ਹੈ ਕਿ ਕਿਉਂ ਨਹੀਂ ਲੋਕੀ ਜਾਣਗੇ ਤੇ ਆਪਣਾ ਇਲਾਜ ਵੀ ਕਰਾਨਗੇ ਕਿ ਨੂੰ ਨਹੀਂ ਅੱਛਾ ਲੱਗਦਾ ਕਿ ਉਹਦੇ ਦੰਦ ਅੱچھے ਹੋਣ ਤੇ ਉਹਦੀ ਜ਼ਾਹਿਰ ਹੈ ਦੰਦ ਅੱچھے ਹੋਣਗੇ ਤੇ ਮੁਸਕਰਾਹਟ ਵੀ ਅੱਛੀ ਹੋਏਗੀ ਬਾਕੀ ਵੀ ਸਿਹਤ ਅਚੀ ਕਿਉਂਕਿ ਮੂੰਹ ਤੋਂ ਤੇ ਸਾਡੀ ਖੁਰਾਕ ਦੀ ਨਾਲੀ ਦਾ ਆਗਾਜ਼ ਹੈ ਸ਼ੁਰੂ ਹੁੰਦੀ ਹੈ ਤੇ ਫਿਰ ਮੇਦਾ ਤੁਸੀਂ ਦੇਖੋ ਬਹੁਤ ਸਾਰੀਆਂ ਬਿਮਾਰੀਆਂ ਨੇ ਤੇ ਉਹ ਜਨਮ ਲੈਂਦੀਆਂ ਨੇ اچھا ਇਹ بیماریاں ਤੋਂ ਮੈਂ ਪੁੱਛਦੀ ਚਲਾਂ ਜਿਵੇਂ ਕਿਸੇ ਨੂੰ ਕੋਈ ਬਿਮਾਰੀ ਹੈ ਜਿਸਮਾਨੀ ਬਿਮਾਰੀ ਹੈ 슈ਗਰ ਹੈ ਜਾਂ ਕੁਛ ਉਹ ਦੰਦਾਂ ਤੇ ਕਿਸ ਹੱਦ ਤੱਕ ਅਸਰੰਦਾਜ਼ ਹੋ ਸਕਦੀਆਂ ਹੈ اچھا ਕੁਝ ਐਸੀਆਂ ਜਿਸਮਾਨੀ ਬਿਮਾਰੀਆਂ ਨੇ ਜਿਸ ਤਰ੍ਹਾਂ ਹੁਣ ਤੁਸੀਂ ਐਗਜ਼ਾਮਪਲ ਦਿੱਤੀ ਮਿਸਾਲ ਦਿੱਤੀ 슈ਗਰ ਦੀ 슈ਗਰ ਦੇ ਮਰੀਜ਼ਾਂ ਦੇ ਵਿੱਚ ਥੋੜਾ ਜਿਹਾ ਮਸਲਾ ਐ ਵੇ ਕਿ ਉਹਨਾਂ ਦੀਆਂ ਹੱਡੀਆਂ ਜਿਹੜੀ ਜਿਸ ਤਰ੍ਹਾਂ ਜੱਬੜੇ ਵੀ ਹੱਡੀ ਨੇ ਉਹ ਪੁਰਨ ਦਾ ਅਮਲ ਵਰ ਜਾਂਦਾ ਉਹਨਾਂ ਦੇ ਦੰਦਾਂ ਦੀ ਮੋਬਿਲਿਟੀ ਜ਼ਿਆਦਾ ਹੋਣਾ ਚਾ ਆ ਜਾਂਦੀ ਹੈ ਦੇ ਜ਼ਿਆਦਾ ਉਹ 치ਤੀ ਹਿਲਣੇ ਲੱਗ ਜਾਂਦੇ ਨੇ ਜਿਹਨੂੰ ਅਸੀਂ ਪੈਰੀਓਡੋਂਟਾਈਟਸ ਕਹਿੰਦੇ ਨੇ ਜਿੱਥੇ ਬੋਨ ਲਾਸ ਜਿਹਨੂੰ ਅਸੀਂ ਕਹਿੰਨੇ ਆ ਕਿ ਹੱਡੀ ਪੁਰ ਗਈ ਤੇ ਦੰਦ ਜਿਹੜੇ ਨੇ ਉਹ ਮੋਬਾਈਲ ਹੋ ਗਏ دوسری ਮਿਸਾਲ ਹੈ ਵੇ ਕਿ ਜਿਸ ਤਰ੍ਹਾਂ ਹੁਣ ਤੁਸੀਂ 슈ਗਰ ਦਾ ਜ਼ਿਕਰ ਕੀਤਾ ਇੱਥੇ ਮੈਂ ਇੱਕ ਹੋਰ ਚੀਜ਼ ਕਰਾਂ ਜ਼ਿਕਰ ਕਿ ਜਿਸ ਤਰ੍ਹਾਂ ਆਇਰਨ ਡੈਫੀਸ਼ੈਂਸੀ ਹੈਗੀ ਹੈ ਆਇਰਨ ਡੈਫੀਸ਼ੈਂਸੀ ਹੈ ਵੇ ਕਿ ਜਿਸ ਤਰ੍ਹਾਂ ਆਇਰਨ ਦੀ ਕਮੀ ਹੈ ਜਿਸਮ ਦੇ ਵਿੱਚ ਉਹ ਵੀ ਮੂੰਹ ਦੇ ਉਤੇ ਅਸਰ ਅੰਦਾਜ਼ ਹੁੰਦੀ ਹੈ ਇਹ ਜਿਹੜੇ ਸਾਡੇ ਮੂੰਹ ਦੇ ਐਂਗਲਸ ਨੇ ਜਿਹਨੂੰ ਅਸੀਂ ਐਂਗਲ ਆਫ ਦਾ ਮਾਉਥ ਕਹਿੰਦੇ ਨੇ ਇਹ ਜਿਹੜੇ ਨੇ ਇਹਦੀ ਫਿਸ਼ਰਿੰਗ ਸ਼ੁਰੂ ਹੋ ਜਾਂਦੀ ਹੈ ਫਿਸ਼ਰਿੰਗ ਦਾ ਮਤਲਬ ਹੈ ਕਿ ਇਨਾਂ ਚ ਖੂਨ ਆਨਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਮਰੀਜ਼ ਖੋਲੇਗਾ ਤੇ ਖੂਨ ਨਿਕਲੇਗਾ ਤੇ ਉਹ ਵੀ ਇੱਕ ਲਾਮਤ ਹੈ ਕਿ ਆਇਰਨ ਡੈਫਿ ਜਿਸਮ ਦੇ ਵਿੱਚ ਆਇਰਨ ਦੀ ਕਮੀ ਹੈ ਬਹੁਤ ਸਾਰੀ ਐਸੀ ਜਿਸਮਾਨੀ ਬਿਮਾਰੀਆਂ ਨੇ ਜੋ ਔਰਲ ਕੈਵਿਟੀ ਸਾਨੂੰ ਦੱਸਦੀ ਹੈ ਕਿ ਅਸਲ ਚ ਡੈਂਟਿਸਟੀਓ ਦੇਖ ਕੇ ਪਿਕ ਕਰਦਾ ਹੈ ਜਾਂ ਉਹਨੂੰ ਦੇਖ ਲੈਂਦਾ ਹੈ ਕਿ ਇਹਦੇ ਜਿਸਮ ਦੇ ਵਿੱਚ ਇਹ ਮਸਲਾ ਚੱਲ ਰਿਹਾ ਹੈ ਡਾਕਟਰ ਸਾਹਿਬਾ ਬੜੀਆਂ ਚੰਗੀਆਂ ਗੱਲਾਂ ਤੁਸੀਂ ਤੁਹਾਨੂੰ ਦੱਸੀਆਂ ਨੇ ਮਜ਼ੀਦ ਅਸੀਂ ਜਾਣੀਆਂ ਸਨ ਵੇਲੇ ਦੀ ਘਾਟ ਫਿਰ ਕਿਸੇ ਪ੍ਰੋਗਰਾਮ ਵਿੱਚ ਤੁਹਾਨੂੰ ਦਾਵਤ ਦਾਂਗੇ ਮਜ਼ੀਦ ਅਸੀਂ ਜਾਣਾਂਗੇ ਡਿਟੇਲ ਨਾਲ ਜਾਣਾਂਗੇ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ ਜੀ ਨਾਜ਼ਰੀਨ ਡਾਕਟਰ ਫਾਇਕਾ ਯਾਸਰ ਸਾਡੇ ਨਾਲ ਮੌਜੂਦ ਸਨ ਇਹ ਕਿਨੀ ਤੌਰ ਤੇ ਤੁਹਾਡੇ ਕੋਲ ਬਹੁਤ ਚੰਗੀ ਜਾਣਕਾਰੀ ਆ ਗਈ ਹੋਏਗੀ ਔਰ ਹੁਣ ਤੁਸੀਂ ਆਪਣੇ ਦੰਦਾਂ ਦਾ ਖਿਆਲ ਪਹਿਲੇ ਨਾਲੋਂ ਵੀ ਬਹੁਤਾ ਰੱਖੋਗੇ ਹੁਣ ਵੇਲਾ ਹੋ ਗਿਆ ਨਿੱਕੀ ਜਿਹੀ ਬ੍ਰੇਕ ਦਾ ਬ੍ਰੇਕ ਹਲ ਚੱਲਨੇ ਆ ਮੋੜ ਕੇ ਫਿਰ ਵਾਪਸ ਆਨੇ ਜੀ ਨਾਜ਼ੀਨ ਇੱਕ ਵਾਰ ਫਿਰ ਤਾ ਨੂੰ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਮੈਂ ਤੁਹਾਡੀ ਆਪਣੀ ਮੇਜ਼ਬਾਨ ਸੋਨੀਆ ਸ਼ੇਖ ਤੇ ਪ੍ਰੋਗਰਾਮ ਦਾ ਨਾਇ ਅੱਜ ਦਾ ਮਹਿਮਾ ਤੇ ਹੁਣ ਵੇਲਾ ਹੋਇਆ ਹੈ ਸਾਡੇ ਸੂਫੀ ਸਕਾਲਰ ਦਾ ਸੂਫੀ ਸੈਗਮੈਂਟ ਦਾ ਤੇ ਸੂਫੀ ਸੈਗਮੈਂਟ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਸਾਡੇ ਸੂਫੀ ਸੂਫੀ ਸਕਾਲਰ ਸਾਡੀ ਪ੍ਰੋਨੀ ਸਾਡੇ ਨਾਲ ਮੌਜੂਦ ਨੇ ਜੀ ਆਇਆਂ ਨੂੰ ਕਹਿੰਦੇ ਆ ਡਾਕਟਰ ਸੁਭਰਾ ਸਦਬ ਸਾਹਿਬਾ ਜੀ ਬਹੁਤ ਸ਼ੁਕਰੀਆ ਸਾਡੇ ਵੇਖਣ ਵਾਲੇ ਜਿਹੜੇ ਨੇ ਉਹ ਕੁਝ ਬੜੇ ਹੀ ਬੁਨਿਆਦੀ ਸਵਾਲ ਉਹਨਾਂ ਦੇ ذہن ਜਾਂਦੇ ਨੇ ਜਿਨ੍ਹਾਂ ਦਾ ਜਵਾਬ ਸ਼ਾਇਦ ਉਹਨਾਂ ਨੂੰ ਕਿ ਦੋਸੇ ਕਿਸੇ ਸੂਫੀ ਬਾਬੇ ਦੇ ਨਾਲ ਟਰਨ ਨੇ ਆ ਉਹਦੇ ਸਫਰ ਬਾਰੇ ਜਾਣਨੇ ਆ ਤੇ ਉਹ ਵਿੱਚ ਕਿਤੇ ਖੁੰਝ ਜਾਂਦੇ ਨੇ ਹੁਣ ਅਸੀਂ ਅੱਜ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਉਹਨਾਂ ਸਵਾਲਾਂ ਦਾ ਜਵਾਬ ਜਿਹੜਾ ਹੈ ਇਸ ਪ੍ਰੋਗਰਾਮ ਵਿੱਚ ਇਸ ਸੈਗਮੈਂਟ ਵਿੱਚ ਦੇਣ ਦੀ ਕੋਸ਼ਿਸ਼ ਕਰੀਏ ਇੱਕ ਇਹ ਇੱਕ ਸਵਾਲ ਨੇ ਉਹਨਾਂ ਚ ਇੱਕ ਸਵਾਲ ਜਿਹੜਾ ਬਹੁਤ ਅਹਿਮ ਹੈ ਕਿ ਸੂਫੀਇਜ਼ਮ ਕੀ ਹੈ ਔਰ ਅੱਜ ਦਾ ਸੂਫੀਇਜ਼ਮ ਕੀ ਹੈ ਜੀ ਬਹੁਤ ਸ਼ੁਕਰੀਆ ਅਸੀਂ ਆਪਣੀ ਪਹਿਲੇ ਪ੍ਰੋਗਰਾਮ 'ਚ ਇਹ ਗੱਲ ਵੀ ਕੀਤੀ ਸੀ ਕਿ ਜਿਹੜੇ ਲੋਕ ਪ੍ਰੋਗਰਾਮ ਸਾਡਾ ਦੇਖਣਗੇ ਅਗਰ ਉਹਨਾਂ ਦੇ ਦਿਲ 'ਚ ਕੋਈ ਸਵਾਲ ਆਂਦਾ ਹੈ ਕੋਈ ਉਲਝਣ ਹੁੰਦੀ ਹੈ ਔਰ ਕਿਸੇ ਹਵਾਲੇ ਨਾਲ ਸਮਝ ਦੇਣੇ ਕਿ ਕਲੈਰਿਟੀ ਦੀ ਲੋੜ ਹੈ ਤੇ ਉਹ ਸਾਨੂੰ ਜ਼ਰੂਰ ਮੈਸੇਜ ਕਰਨ ਅੱਜ ਕੱਲ ਤੇ ਤੁਹਾਨੂੰ ਪਤਾ ਹੈ ਕਿ ਮੈਸੇਜ ਕਰਨ ਦਾ ਔਰ ਆਪਣਾ ਸੁਨੇਹਾ ਪੜਾਉਣ ਦੇ ਕਈ ਵਸੀਲੇ ਨੇ ਤੁਸੀਂ ਫੇਸਬੁੱਕ ਤੇ ਔਰ ਸੋਸ਼ਲ ਮੀਡੀਆ ਦੇ ਕਈ ਜਿਹੜੀਆਂ ਕਬੂਤਰ ਨਾਮ ਹੀ ਹੋਵੇ ਤਾਂ ਪੜ ਜਾਂਦਾ ਹਾਂ ਪੜ ਜਾਂਦਾ ਤੇ ਇਸ ਹਵਾਲੇ ਨਾਲ ਮੈਂ ਸਮਝਨੀ ਹੈ ਕਿ ਤਸੱਵੁਫ ਦੇ ਬਨ ਨਾਲ ਬੜੀਆਂ ਇੱਕ ਗਲਤਫਹਮੀਆਂ ਵੀ ਨੇ ਔਰ ਲੋਕ ਆਪਣੇ ਆਪਣੇ ਹਵਾਲੇ ਨਾਲ ਦੀ ਤੋਜੀ ਕਰਦੇ ਰਹਿੰਦੇ ਨੇ ਤੇ ਸ਼ਰੀਕ ਕਰਦੇ ਨੇ ਕੋਈ ਤੇ ਬੰਦਾ ਇਹਨੂੰ ਇੱਕ ਮਖਤਬਾਏ ਫਿਕਰ ਸਮਝਦਾ ਔਰ ਕੋਈ ਨੋ ਬਿਲਕੁਲ ਮਜ਼ਹਬ ਦੇ ਬਰਾਬਰ ਖੜਾ ਕਰ ਦਿੰਦਾ ਹਾਲਾਂਕਿ ਐਸੀ ਗੱਲ ਹੀ ਨਹੀਂ ਇਹ ਤੇ ਇੱਕ ਰਵਈਆ ਹੈ ਦੁਨੀਆ ਨੂੰ ਦੇਖਣ ਦਾ ਇੱਕ ਅੰਦਾਜ਼ ਹੈ ਔਰ ਇੱਥੋਂ ਹੀ ਸੂਫੀ ਤੇ ਗੈਰ ਸੂਫੀ ਚ ਅਸੀਂ ਫਰਕ ਕਰਨੇ ਆ ਕਿ ਸੂਫੀ ਕੌਣ ਔਰ ਗੈਰ ਸੂਫੀ ਕੌਣ ਹੈ ਲੰਮੀ ਤਸ਼ਰੀਹ ਤੇ ਜਾ ਰਹੇ ਕਿ ਇਸ ਪ੍ਰੋਗਰਾਮ ਚ ਮੁਮਕਨ ਨਹੀਂ ਲੇਕਿਨ ਮੈਂ ਸਮਝ ਨਹੀਂ ਆ ਕਿ ਤਸੱਵੁਫ ਉਹ ਰਸਤਾ ਹੈ ਕਿ ਜਿਹੜਾ ਇਨਸਾਨ ਨੂੰ ਇਹ ਗੱਲ ਦੱਸਦਾ ਹੈ ਕਿ ਇਨਸਾਨ ਨੂੰ ਕਿੰਜ ਦਾ ਹੋਣਾ ਚਾਹੀਦਾ ਹੈ ਹਮ ਰੱਬ ਨੇ ਉਹਨੂੰ ਕਿ ਕਿਦੇ ਰੀ ਦੁਨੀਆ 'ਚ ਭੇਜਿਆ ਹੈ ਹਮ ਔਰ ਉਹਨੂੰ ਕੀ ਕੰਮ ਕਰਨੇ ਚਾਹੀਦੇ ਨੇ ਹਮ ਔਰ ਉਹ ਜਣੀਆਂ ਉਹਦੀ ਜ਼ਿੰਦਗੀ 'ਚ ਉਹਦੀ ਹਯਾਤੀ ਜਿਤਨੀਆਂ ਖੂਬਸੂਰਤੀਆਂ ਨੇ ਉਹ ਉਹਨਾਂ ਨੂੰ ਕਿਸ ਤਰ੍ਹਾਂ ਸਾਹਮਣੇ ਲੈ ਕੇ ਆਏ ਬਿਲਕੁਲ ਯਾਨੀ ਕਿ ਲੋਕਾਇਨਲ ਕਿਵੇਂ ਜੁੜਨਾ ਹੈ ਔਰ ਲੋਕਾਈ ਰਾਹੀ ਰੱਬ ਨੂੰ ਕਿਵੇਂ ਮਿਲਣਾ ਔਰ ਔਰ ਆਪਣੇ ਜੀਵਨ ਨੂੰ ਖੂਬਸੂਰਤ ਕਿੰਜ ਬਣਾਣਾ ਜੀ ਇਸ ਤਰ੍ਹਾਂ ਸੂਫੀ ਜਿਹੜਾ ਹੈ ਇਹ ਵੇਖਦਾ ਹੈ ਕਿ ਲੋਕਾਈ ਦੇ ਨਾਲ ਕਿਵੇਂ ਜੁੜਤ ਬਣਾਈ ਜਾ ਸਕਦੀ ਏ ਔਰ ਮਜ਼ਾਹਬ ਤੋਂ ਥੋੜਾ ਜਿਹਾ ਵੀ ਉਹਦੇ ਵਿੱਚ ਰਹਿੰਦੇ ਆ ਹੋਇਆ ਮਜ਼ਬਦ ਦੇ ਵਿੱਚ ਰਹਿੰਦੇ ਆ ਹੋਇਆ ਵੀ ਲੋਕਾਈ ਨੂੰ ਕਿਵੇਂ ਸਾਂਭਣਾ ਅਸਲ ਜੇ ਕਿ ਸੂਫੀ ਜਿਹੜਾ ਨਾ ਉਹ ਦਾਇਰੇ ਵਿੱਚ ਨਹੀਂ ਰਹਿੰਦਾ ਮਹਦੂਦ ਨਹੀਂ ਹੈ ਨਾ ਠੀਕ ਹੈ ਉਹ ਆਪਣੇ ਆਪਣੇ ਨਾਂ ਦੇ ਹਵਾਲੇ ਨਾਲ ਜ਼ਾਤ ਦੇ ਹਵਾਲੇ ਨਾਲ نسل ਦੇ ਹਵਾਲੇ ਨਾਲ ਕੌਮ ਦੇ ਹਵਾਲੇ ਨਾਲ ਮੁਲਕ ਦੇ ਹਵਾਲੇ ਨਾਲ ਉਹ ਇੱਕ ਵਸੀਹ ਦੁਨੀਆ ਦਾ ਵਾਸੀ ਹੈ ਪੂਰੇ ਕਾਇਨਾਤ ਦਾ ਘਰ ਹੈ ਔਰ ਉਸ ਕਾਇਨਾਤ ਦਾ ਇੱਕ ਖਾਲਿਕ ਹੈ ਔਰ ਰੱਬ ਹੈ ਉਹਨੇ ਹੀ ਪੈਦਾ ਕੀਤਾ ਸਭ ਨੂੰ ਕਿਸੇ ਦਾ ਨਾਂ ਕੋਈ ਹੈ ਕਿਸੇ ਦਾ ਨਾਂ ਕੋਈ ਹੈ ਲੇਕਿਨ ਉਹ ਸਮਝਦਾ ਹੈ ਕਿ ਉਹਨਾਂ ਸਭ ਵਿੱਚ ਰੱਬ ਦੀ ਰੂਹ ਹੈ ਔਰ ਅਸੀਂ ਸਾਰੇ ਇੱਕ ਕੁੰਬੇ ਦਾ ਹਿੱਸਾ ਹੈ ਜਿਸ ਤਰ੍ਹਾਂ ਅਸੀਂ ਅੱਜ ਕਹਿੰਦੇ ਆ ਨਾ ਕਿ ਉਹਨਾਂ ਜਿਹੜਾ ਇੱਕ ਸੋਸ਼ਲ ਮੀਡੀਆ ਦਾ ਔਰ ਸਾਰਾ ਜਿਹੜਾ ਗਲੋਬਲਾਈਜੇਸ਼ਨ ਹੈ ਕਿ ਗਲੋਬਲ ਵਿਲੇਜ ਆਪ ਗਲੋਬਲ ਵਿਲੇਜ ਸੂਫੀ ਉਹ ਗਲੋਬਲ ਵਿਲੇਜ ਬਣਾ ਕੇ ਸਦੀਆਂ ਪਹਿਲਾਂ ਸੰਦਸਿਆ ਕਿ ਅਸੀਂ ਇੱਕੋ ਹੀ ਆ ਇੱਕ ਖਾਨਦਾਨ ਆ ਹਮ ਅੱਛਾ ਹੁਣ ਜਦੋਂ ਲੁਕਾਈ ਦੇ ਨੇੜੇ ਆਉਣ ਦੀ ਗੱਲ ਹੈ ਉਹ ਇਹ ਕਿ ਸੂਫੀ ਆਪਣੇ ਤੇ ਦੂਸਿਆਂ 'ਚ ਫਰਕ ਨਹੀਂ ਰੱਖਦਾ ਕਿਉਂਕਿ ਤਬਕਾਤ ਨੂੰ ਨਹੀਂ ਮੰਨਦਾ ਉਹ ਤਕਸੀਮ ਨਹੀਂ ਕਰਦਾ ਉਹ ਕਹਿੰਦਾ ਕਿ ਰੱਬ ਨੇ ਜਿਸ ਤਰ੍ਹਾਂ ਇਹ ਕਾਇਨਾਤ ਨੂੰ ਖੂਬਸੂਰਤ ਬਣਾਇਆ ਨਾ ਤੁਸੀਂ ਦੇਖੋ ਵਾ ਤੁਹਾਡੇ ਸਾਹਮਣੇ ਇੱਕ ਗੁਲਦਸਤਾ ਪਿਆ ਨਾ ਇਹਦੇ 'ਚ ਮੁxtਲਿਫ ਰੰਗਾਂ ਦੇ ਫੁੱਲ ਨੇ ਜੀ ਵੈਸੇ ਇਹ ਵੀ ਹੋ ਸਕਦਾ ਸੀ ਕਿ ਰੱਬ ਇੱਕੋ ਰੰਗ ਦੇ ਫੁੱਲ ਪੈਦਾ ਕਰਦਾ ਐਸੇ ਤਰੀ ਬੰਦੇ ਵੀ ਮੁxtਲਿਫ ਹਵਾਲਿਆਂ ਨਾਲ ਨੇ ਮੁxtਲਿਫ ਬਜ਼ਬਾਨਾਂ ਦੇ ਸ਼ਕਲਾਂ ਦੇ ਰੰਗਾਂ ਦੇ ਇਹ ਰੱਬ ਦੀ ਬਣਾਈ ਹੋਈ ਪਰ ਫਿਰ ਬੋਲੀਆਂ ਦੇ ਬੋਲੀਆਂ ਦੇ ਜੀ ਬਿਲਕੁਲ ਇਹ ਰੱਬ ਦੀ ਬਣਾਈ ਹੋਈ ਇੱਕ ਜਿਹੜੀ ਇੱਕ ਜੁੜਤ ਹੈ ਔਰ ਖੂਬਸੂਰਤੀ ਹੈ ਤਾਂ ਇਸ ਤਕਸੀਮ ਨੂੰ ਇੱਕ ਰੰਗਾ ਰੰਗੀ ਨੂੰ ਇਸ تنوع ਨੂੰ ਸੋਫੇ ਡਿਸਟਰਬ ਨਹੀਂ ਕਰਦਾ ਵਾਹ ਕਿਉਂਕਿ ਤਨਵੋ ਚ ਖੂਬਸੂਰਤੀ ਹੈ ਔਰ ਤੁਸੀਂ ਦੇਖੋ ਅੱਜ ਕਲਚਰ ਦੇ ਵਾਰ ਨਾਲ ਜਿੱਦਸੀ ਗੱਲ ਕਰਨੇ ਆ ਤੇ ਮਲਟੀ ਕਲਚਰ ਦੀ ਗੱਲ ਕਰਨੇ ਆ ਡਾਈਵਰਸਿਟੀ ਦੀ ਗੱਲ ਕਰਨੇ ਆ ਤੇ ਅਸੀਂ ਕਹਿੰਦੇ ਆ ਕਿ ਗੁਲਦਸਤਾ ਗੁਲਦਸੇ ਚ ਵੱਖੋ ਵੱਖ ਰੰਗ ਦੇ ਫੁੱਲ ਹੋਣ ਤੇ ਸੋਹਣਾ ਲੱਗਦਾ ਹੈ ਸੋਹਣਾ ਲੱਗਦਾ ਔਰ ਇਹ ਇੱਕੋ ਹੀ ਕਲਚਰ ਦੇ ਇੱਕੋ ਹੀ ਮੁਲਕ ਵਿੱਚ ਵੀ ਕਈ ਤਰ੍ਹਾਂ ਦੇ ਸਾਨੂੰ ਕਲਚਰ ਨਜ਼ਰ ਆਉਂਦੇ ਨੇ ਤੇ ਸੂਫੀ ਜਿਹੜਾ ਉਹ ਇਹ ਰੱਬ ਦੀ ਬਣਾਈ ਹੋਈ ਇਸ ਕਾਇਨਾਤ ਨੂੰ ਡਿਸਟਰਬ ਨਹੀਂ ਕਰਦਾ ਉਹ ਤੁਹਾਨੂੰ ਇਹ ਨਹੀਂ ਆਖੇਗਾ ਆਪਣਾ ਮਜ਼ਹਬ ਛੋੜ ਦੇ ਹੂੰ ਯਾਨੀ ਲੋਕਾਂ ਦੇ ਨੇੜੇ ਕਿਸ ਤਰ੍ਹਾਂ ਹੁੰਦਾ ਹੈ ਜ਼ਬਰ ਨਹੀਂ ਕਰੇਗਾ ਉਹ ਕਹੇਗਾ ਜਿਹੜੇ ਵੀ ਮਜ਼ਹਬ ਨੂੰ ਮੰਨਣਾ ਹੈ ਬੰਦੇ ਨਾਲ ਪਿਆਰ ਕਰ ਜ਼ੁਲਮ ਨਾ ਕਰੀ ਬੰਦੇ ਨਾਲ ਮੁਹੱਬਤ ਕਰ ਰੱਬ ਨੂੰ ਜਿਹੜਾ ਮਨੁੱਖੀਅਤ ਦਾ ਤੇ ਮੁਹੱਬਤ ਦਾ ਮਨੁੱਖੀਅਤ ਦਾ ਇੱਕ ਦਰਸਾ ਦੇ ਨੇ ਅੱਛਾ ਔਰ ਦੂਜੀ ਗੱਲ ਹੈ ਕਿ ਫਿਰੋਜ਼ ਦੇ ਨਾਲ ਉਹਦੇ ਉਹਦੀ ਜ਼ੁਬਾਨ ਚ ਜਿਹੜੀ ਉਸ ਨਾਲ ਜ਼ੁਬਾਨ ਦੀ ਗੱਲ ਕੀਤੀ ਨਾ ਕਿ ਉਹਦੀ ਜ਼ੁਬਾਨ ਚ ਗੱਲ ਕਰਦਾ ਸੂਫੀ ਨੇ ਜਿੱਥੇ ਵੀ ਗਿਆ ਹੈ ਮਤਲਬ ਹੈ ਕਿ ਤੁਸੀਂ ਦੇਖੋ ਸਾਡੇ ਬਾਬੇ ਜਿਹੜੇ ਨੇ ਕੋਈ ਕਾਬਲ ਤੋਂ ਆਇਆ ਕੋਈ ਇराक ਤੋਂ ਆਇਆ ਹੈ ਕਿ ਕਿੱਧਰੋਂ ਆਇਆ ਲੇਕਿਨ ਉਹ ਜਦੋਂ ਪੰਜਾਬ ਚ ਆਏ ਨੇ ਤਾਂ ਉਹਨਾਂ ਪੰਜਾਬੀ ਜ਼ੁਬਾਨ ਬੋਲੀਏ ਜਾਂ ਜਿਹੜੇ ਵੀ ਇਲਾਕੇ ਚ ਗਏ ਨੇ ਉਹ ਸਿੰਧ ਚ ਗਏ ਨੇ ਸਿੰਧ ਚੋਂ ਜਿਸ ਤਰ੍ਹਾਂ ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਤੇ ਲੁਕਾਈ ਦੀ ਜ਼ੁਬਾਨ ਬੋਲਦਾ ਹੈ ਔਰ ਜਦੋਂ ਤੁਸੀਂ ਲੁਕਾਈ ਦੀ ਜ਼ੁਬਾਨ ਬੋਲੋਗੇ ਤੇ ਉਹ ਲੁਕਾਈ ਨੂੰ ਲੱਗਦਾ ਕਿ ਸਾਡਾ ਆਪਣਾ ਬੰਦਾ ਹੈ ਹੂੰ ਇਹ ਸਾਡੇ ਨਾਲ ਦੁੱਖ ਸੁੱਖ ਪਰੋਲ ਲਿਆ ਫਿਰ ਉਹ ਜਿਹੜੀ ਚਟਾਈ ਤੇ ਬੋਵੇਗਾ ਨਾ ਉੱਥੇ ਸਭ ਨੂੰ ਬਿਠਾਏਗਾ ਬਾਦਸ਼ਾਹ ਵੀ ਉੱਥੇ ਬੋਵੇਗਾ ਆਮ ਬੰਦਾ ਵੀ ਉੱਥੇ ਬੋਵੇਗਾ ਔਰ ਆਪਣੀ ਦਸਤਰਖਾਂ ਤੋਂ ਉਹਨੂੰ ਖਾਣਾ ਖਿਲਾਏਗਾ ਬੰਦਾ ਕਿਤਨਾ ਵੀ ਮੈਲਾ ਹੈ ਕਿਤਨਾ ਵੀ ਗੰਦਾ ਹੈ ਗੁਨਾਹਗਾਰ ਹੈ ਸੂਫੀ ਇਹ ਗੱਲ ਨਹੀਂ ਕਹਿੰਦਾ ਕਿ ਇਹ ਗੁਨਾਹਗਾਰ ਹੈ ਕਾਤਲ ਹੈ ਤੇ ਮੈਂ ਇਹਦੇ ਤੋਂ ਨਫ਼ਰਤ ਕਰਾਂ ਉਹ ਇਨਸਾਨ ਤੋਂ ਨਫ਼ਰਤ ਨਹੀਂ ਕਰਦਾ ਬੁਰਾਈ ਤੋਂ ਜ਼ਰੂਰ ਨਫ਼ਰਤ ਕਰਦਾ ਹੈ ਲੇਕਿਨ ਉਸ ਬੁਰਾਈ ਨੂੰ ਆਪਣੇ ਅਮਲ ਨਾਲ ਠੀਕ ਕਰਦਾ ਹੈ ਉਹਦੇ ਉਸ ਦਸਤਰਖਾਨ ਤੇ ਜਿਸ ਤਰ੍ਹਾਂ ਹੁੰਦਾ ਹੈ ਨਾ ਕਿ ਬਾਰਿਸ਼ ਬਰਸਦੀ ਹੈ ਤੇ ਸਾਰੀ ਜ਼ਮੀਨ ਤੇ ਬਰਸਦੀ ਹੈ ਬਰਸਦੀ ਬਿਲਕੁਲ ਕੋਈ ਨਹੀਂ ਤਕਦੀਕ ਹੈ ਬੰਦਾ ਰੱਬ ਨੂੰ ਮੰਨਣ ਆਲਾ ਤੇ ਨਹੀਂ ਮੰਨਣਾ ਲਾ ਇਸੇ ਤਰੀਕੀ ਸੂਫੀ ਦਾ ਦਸਤਰਖਾਨ ਸੂਫੀ ਦਾ ਵੇੜਾ

ਅ اچھا ਦੁਨੀਆਦਾਰੀ ਦੇ ਬڑے ਮਤਲਬ ਨੇ ਉਹਦੇ ਤੁਸੀਂ ਬਾਜ਼ਕਾਤ ਅਸੀਂ ਇਹਦਾ ਇਹਦੀ تشریح ਹੋਰ ਤਰੀਕੇ ਨਾਲ ਕਰਨੇ ਆ ਲੇਕਿਨ ਦੁਨੀਆ ਤੋਂ ਬਿਲਕੁਲ ਹੀ ਹਟ ਕੇ ਰਹਿਣਾ ਵੀ ਵੱਖਰੀ ਗੱਲ ਹੈ ਔਰ ਬਾਜ਼ਕਾਤ ਲੋਕ ਕਹਿੰਦੇ ਨੇ ਕਿ ਸੂਫੀਜ਼ਮ ਅੰਗਰੇਜ਼ੀ ਜ਼ਬਾਨ ਦੇ ਇੱਕ ਲਫ਼ਜ਼ ਹੈ ਕਿ ਸ਼ਾਇਦ ਸਕੈਪੀਸਮ ਦਾ ਨਾਮ ਹੈ ਕਿ ਦੁਨੀਆ ਤੋਂ ਫਰਾਰ ਹਾਸਲ ਕਰਨਾ ਜਿਸ ਤਰ੍ਹਾਂ ਰੇਹ ਚ ਮੂੰਹ ਦੇਖ ਕੇ ਤੁਸੀਂ ਕਹੋ ਕਿ ਬਸ ਬਾਕੀ ਸਭ ਠੀਕ ਹੈ ਐਸੀ ਗੱਲ ਨਹੀਂ ਹੈ ਸਾਡੇ ਸੂਫੀ ਜਿਹੜੇ ਨੇ ਅਸੀਂ ਪੰਜਾਬ ਦੀ ਕਿਉਂਕਿ ਗੱਲ ਕਰਨਿਆਂ ਜ਼ਿਆਦਾਤਰ ਤੇ ਸਾਡੇ ਜਿਹੜੇ ਸੂਫੀ ਨੇ ਉਹਨਾਂ ਨੇ ਇੱਕ ਖਾਸ ਵਕਤ ਲਈ ਦੁਨੀਆ ਤੋਂ ਕਿਨਾਰਾ ਕਸ਼ੀ ਕੀਤੀ ਇਸ ਖਾਸ ਵਕਤ ਲਈ ਕਿ ਜਦੋਂ ਉਹ ਰਿਆਜ਼ਤ ਕਰ ਰਹੇ ਸਨ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਫਰੋਲਣਾ ਸੀ ਉਹਨ ਤੁਸੀਂ ਦੇਖੋ ਕੋਈ ਸ਼ਾਇਰ ਹੈ ادیਬ ਹੈ ਐਕਟਰ ਹੈ ਉਹਦੇ ਤੇ ਇੱਕ ਦੌਰ ਐਸਾ ਆਂਦਾ ਹੈ ਕਿ ਜਦੋਂ ਆਪਣੀ ਜ਼ਾਤ ਨੂੰ ਪਛਾਣਨ ਲਈ ਉਹਨਾਂ ਨੂੰ ਇੱਕ ਰਿਆਜ਼ਤ ਕਰਨੀ ਪੈਂਦੀ ਹੈ ਕਿ ਮੈਂ ਹੈ ਕੀ ਆ ਇਸ ਤਰੀਕੀ ਸੂਫੀਆਂ ਨੇ ਜਦੋਂ ਆਪਣੇ ਆਪ ਨੂੰ ਪਛਾਣਨਾ ਸੀ ਤਾਂ ਉਹਨਾਂ ਕੁਝ ਅਰਸੇ ਲਈ ਚਿੱਲੇ ਕਟਣ ਲਈ ਲੁਕਾਈ ਤੋਂ ਦੂਰ ਗਏ ਲੇਕਿਨ ਮੁੜ ਕੇ ਫਿਰ ਜਦੋਂ ਉਹਨਾਂ ਨੇ ਮਾਰਫਤ ਲੱਭੀ ਤਾਂ ਫਿਰ ਲੁਕਾਈ ਵਿੱਚ ਆਏ ਔਰ ਲੁਕਾਈ ਵਿੱਚ ਰਹਿ ਕੇ ਉਹਨਾਂ ਨੇ ਕੰਮ ਕੀਤੇ ਜਦੋਂ ਤੱਕ ਤੁਹਾਡੀ ਗੱਲ ਹੈ ਦੁਨੀਆਦਾਰੀ ਦੀ ਦੁਨੀਆਦਾਰੀ ਨੂੰ ਕਰ ਸੀ ਨਫਾ ਨੁਕਸਾਨ ਨਾਲ ਜੋੜੀਏ ਤੇ ਮੇਰੇ ਹਾਲੇ ਕਿ ਸੂਫੀ ਉਹਦਾ ਦੁਨੀਆਦਾਰ ਤੇ ਨਹੀਂ ਹੈ ਕਿਉਂਕਿ ਉਹਦਾ ਤੇ ਸਾਰਾ ਹੀ ਰੱਬ ਦੀ ਰਾਹ ਵਿੱਚ ਹੈ ਉਹ 2.5% ਜ਼ਕਾਤ ਤੋਂ ਵੀ ਅੱਗੇ ਵਧ ਕੇ ਆਪਣਾ ਹਰ ਕਿਸਮ ਦਾ ਜਿਹੜਾ ਅਸੀਂ ਇਸਲਾਮ ਦੇ ਬਰਨਾਂ ਨਾਲ ਵੀ ਗੱਲ ਕਰਨੇ ਆ لیکن صوفی تا اپنے کل کچھ رکھدا ہی نہیں او صبح دی روٹی کھاندا تے شام دی فکر نہیں کردا او کہندا شام دی وی لب جائے گی او اگر بارش وچ بھیجدا ہے پر پھر بھی رب ਦਾ ਸ਼ੁਕਰ ادا ਕਰਦਾ ਹੈ ਕਿ ਤੇਰਾ ਸ਼ੁਕਰ ਹੈ اگر ਧੁੱਪ ਚ ਸੜਦਾ ਤੇ ਫਿਰ ਵੀ ਸ਼ੁਕਰ ادا ਕਰਦਾ ਕਿ ਤੇਰਾ ਸ਼ੁਕਰ ਹੈ ਤੂੰ ਮੈਨੂੰ ਐਸਾ ਹਾਲ ਚਿਰ ਰੱਖਿਆ ਜੀ ਡਾਕਟਰ ਸਾਹਿਬ ਇਹ ਦੱਸੋ ਕਿ ਸਵਾਣੀਆਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਅਕਸਰ ਜ਼ਿਕਰ ਕੀਤਾ ਜਾਂਦਾ ਹੈ ਅਸੀਂ ਵੇਖਿਆ ਕਿ ਬਾਬਿਆਂ ਦੀ ਸ਼ਾਇਰੀ ਜਦੋਂ ਪੜਨੇ ਤੋ ਉਹਦੇ ਵਿੱਚ ਸਵਾਣੀ ਦਾ ਜ਼ਿਕਰ ਜਦੋਂ ਹੁੰਦਾ ਫਿਰ ਬਾਬੇ ਸਵਾਣੀ ਬਣ ਕੇ ਲਿਖਦੇ ਵੀ ਰਹੇ ਤੇ ਸਵਾਨੀ ਦਾ ਸੂਫੀਸਮ ਨਾਲ ਕੀ ਕਨੈਕਸ਼ਨ ਹੈ ਕਿ ਆ ਸਿਰਫ ਮਰਦ ਹੀ ਸੂਫੀ ਹੋ ਸਕਦੇ ਨੇ ਕਿ ਸਵਾਨੀਆਂ ਵੀ ਸੂਫੀ ਹੋ ਸਕਦੇ ਨੇ ਇਹ ਵੀ ਇੱਕ ਸਵਾਲ ਹੈ ਹਾਂ ਬੈਨੇ ਬਿਲਕੁਲ ਇਹ ਬਿਲਕੁਲ ਬੜਾ ਅੱਛਾ ਸਵਾਲ ਤੁਸੀਂ ਕੀਤਾ ਹੈ ਦੇਖੋ ਰੂਹ ਦਾ تعلق ਹੈ ਨਾ ਸਾਰੇ ਤੋਂ ਮਸਲੇ ਜਿਹੜੇ ਨੇ ਅਸੀਂ ਜਦੋਂ ਤਸੱਵੁਫ ਦੀ ਗੱਲ ਕਰਦੇ ਹਾਂ ਤੇ ਰੂਹ ਨਾਲ ਜੁੜੇ ਹੋਏ ਨੇ ਔਰ ਰੂਹ ਮਰਦ ਵਿੱਚ ਵੀ ਹੈ ਔਰਤ ਵਿੱਚ ਵੀ ਹੈ ਔਰ ਸ਼ਾਇਦ ਜਿਹੜੀ ਰੱਬ ਨਾਲ ਤੱਲਕ ਜੋੜਨ ਦੇ ਹਵਾਲੇ ਨਾਲ ਗੱਲ ਹੈ ਉਹ ਸ਼ਾਇਦ ਔਰਤ ਸ਼ਾਇਦ ਜ਼ਿਆਦਾ ਜੋੜ ਸਕਦੀ ਹੋਵੇ ਇਸ ਲਈ ਕਿਉਂ ਜ਼ਿੰਦਗੀ ਨੂੰ ਜਨਮ ਦਿੰਦੀ ਹੈ ਔਰ ਜਦੋਂ ਜ਼ਿੰਦਗੀ ਨਵੀਂ ਤਖਲੀਕ ਕਰੀ ਹੁੰਦੀ ਹੈ ਤਾਂ ਉਹਦੇ ਅੰਦਰ ਦੋ ਦਿਲ ਟੜਕ ਰਹੇ ਹੁੰਦੇ ਨੇ ਉਹ ਰੱਬ ਦੇ ਜ਼ਿਆਦਾ ਨੇੜੇ ਹੁੰਦੀ ਹੈ ਤੇ ਐਸੇ ਵਾਲਾਂ ਸੂਫੀਆਂ ਨੇ ਵੀ ਔਰਤ ਦੀ ਆਵਾਜ਼ 'ਚ ਔਰਤ ਦੇ ਲਹਿਜੇ 'ਚ ਗੱਲ ਕੀਤੀ ਰੱਬ ਨਾਲ ਜਿਸ ਤਰ੍ਹਾਂ ਇੱਕ ਨਾਜ਼ਉਂ ਅੰਦਾਜ਼ ਦੀ ਗੱਲ ਵੀ ਕੀਤੀ ਤੇ ਮੈਂ ਸਮਝਨੀ ਹੈ ਕਿ ਔਰਤ ਅਗਰ ਸੂਫੀ ਜੰਮ ਸਕਦੀ ਹੈ ਤਾਂ ਸੂਫੀ ਉਹ ਵੀ ਸਕਦੀ ਹੈ ਉਹ ਵੀ ਸਕਦੀ ਕਿਉਂਕਿ ਇਹਦੇ 'ਚ ਤੇ ਕੋਈ ਜੈਂਡਰ ਦੇ ਹਵਾਲੇ ਨਾਲ ਅਸੀਂ ਗੱਲ ਹੀ ਨਹੀਂ ਕਰ ਸਕਦੇ ਕਿ ਤੁਹਾਨੂੰ ਇਤਨਾ ਦਿਮਾਗ ਮਿਲਿਆ ਤੇ ਮੈਨੂੰ ਇਤਨਾ ਮਿਲਿਆ ਅਸੀਂ ਸਾਰੇ ਜਿਹੜਿਆਂ ਸਲਾਹਤਾਂ ਦੇ حوالے ਨਾਲ ਮਰਦ ਵੀ ਸਾਰੇ ਬਰਾਬਰ ਨਹੀਂ ਤੁਸੀਂ ਦੇਖੋ ਕਿ ਤੁਸੀਂ ਕੀ ਸਮਝਦੇ ਹੋ ਕਿ ਇੱਥੇ ਜਿੰਨੇ ਇਸ ਕਮਰੇ 'ਚ ਮਰਦ ਬੈਠੇ ਹੋ ਨੇ ਸਾਰੇ ਸਲਾਹਤਾਂ ਦੇ ਮੁਤਾਬਕ ਇੱਕ ਜਿਹੇ ਨੇ ਜਾਂ ਲੜਕੀਆਂ ਇੱਕ ਜਿਹੀਆਂ ਨੇ ਅਸੀਂ ਹੁਣ ਇੱਕ ਜਿਹੜਾ ਦਫ਼ਤਰ ਦਾ ਇੱਕ ਪੀਐਨ ਹੈ ਲੜਕ ਉਹ ਮਰਦ ਹੈ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਬੜਾ ਬਰਤਰ ਹੈ ਔਰ ਆਪਣੀਆਂ ਸਲਾਹਤਾਂ ਦੇ ਬਾਵਾਂ ਨਾਲ ਗੱਲ ਕਰਨੀ ਇਹ ਰੱਬ ਨੇ ਜਿਹੜੀ ਸਾਡੀ ਕਾਇਨਾਤ ਬਣਾਈ ਹੈ ਨੇ ਬੜੀ ਅਜੀਬ ਹੈ ਔਰ ਤਾਂ ਹੀ ਤੇ ਸਦੀਆਂ ਪਹਿਲੇ ਉਹਨੇ ਅਰਸੂ ਨੇ ਕਿਹਾ ਸੀ ਕਿ ਸਾਰੇ ਇਨਸਾਨ ਬਰਾਬਰ ਨਹੀਂ ਕੁਝ ਲੋਕ ਜਿਹੜੇ ਹਕੂਮਤ ਕਰਨ ਲਈ ਪੈਦਾ ਹੋਏ ਨੇ ਤੇ ਕੁਝ ਜਿਹੜੇ ਨੇ ਉਹ ਗੁਲਾਮੀ ਲਈ ਅੱਛਾ ਇਹਦੇ ਵਿੱਚ ਕੁਝ ਲੋਕ ਸਮਝਦੇ ਨੇ ਕਿ ਸ਼ਾਇਦ ਹਕੂਮਤ ਜਿਹੜੀ ਦੂਸਰੀ ਤਰ੍ਹਾਂ ਦੀ ਹਕੂਮਤ ਇਹ ਨਹੀਂ ਲੀਡ ਕਰਨ ਗਾਈਡ ਕਰਨ ਹੁਣ ਤੁਸੀਂ ਦੇਖੋ ਕਿ ਹਰ ਬੰਦੇ 'ਚ ਉਹ ਲੀਡ ਕਰਨ ਤੇ ਗਾਈਡ ਕਰਨ ਦੀ ਸਲਾਈਟ ਨਹੀਂ ਹੁੰਦੀ ਕਿ ਲੀਡਰਸ਼ਿਪ ਵੀ ਇੱਕ ਬੜਾ ਵੱਡਾ ਆਰਟ ਹੈ ਨਾ ਹਰ ਬੰਦਾ ਜਿਹੜਾ ਤੁਸੀਂ ਕਿਸੇ ਬੰਦੇ ਨੂੰ ਕਹੋ ਕਿ ਮੈਂ ਤੈਨੂੰ ਇਹ ਕੰਮ ਕਹਿਣਾ ਅੱਗੇ ਉਹ ਕਾਰੋਗੇਗਾ ਨਹੀਂ ਮੈਂ ਖੁਦ ਨਹੀਂ ਕਰ ਸਕਾਂਗਾ ਅਗਰ ਤੁਸੀਂ ਅੱਗੇ ਚਲੋਗੇ ਤੁਹਾਡੇ ਨਾਲ ਨਾਲ ਚੱਲਾਂਗਾ ਸੂਫੀ ਵੀ ਤੇ ਲੀਡਰ ਹੀ ਹੈ ਨਾ ਸੂਫੀ ਲੀਡਰ ਸੂਫੀ ਨੇ ਲੀਡ ਕੀਤਾ ਸਾਨੂੰ ਦੱਸਿਆ ਕਿ ਵੀ ਇਸ ਤਰ੍ਹਾਂ ਤੁਰਨਾ ਇਸ ਤਰ੍ਹਾਂ ਖੂਬ ਕਢਾ ਕੇ ਲੋਕਾਂ ਨੂੰ ਪਾਣੀ ਪਿਆਣਾ ਹੈ ਯਾ ਇਸ ਤਰ੍ਹਾਂ ਤਿਆਗ ਕੇ ਦੁਨੀਆ ਤੇ ਜਿਹੜਾ ਨਜ਼ਰ ਨਜ਼ਰਾਨਾ ਆ ਰਿਹਾ ਉਹ ਵੀ ਲੋਕਾਂ ਨੂੰ ਦੇ ਦੇਣਾ ਤੇ ਜਿਹੜੇ ਇਹ ਜਿਹੜੇ ਅਰਸੂ ਦੀ ਗੱਲ ਨਾਲੀ ਟੋਰਨੇ ਆ ਮੈਂ ਖਵਤੀਨ ਦੀ ਗੱਲ ਨੂੰ ਟੋਰ ਰਹੀ ਹਾਂ ਕਿ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਮਰਦਾਂ 'ਚ ਸਾਰੇ ਮਰਦ ਬਰਾਬਰ ਨੇ ਸਲਾਈਕਾਂ ਦੇ ਵੱਲ ਨਾਲ ਐਸੀ ਤਰ੍ਹਾਂ ਹੀ ਔਰਤਾਂ 'ਚ ਸਾਰੀਆਂ ਔਰਤਾਂ ਜਿਹੜੀਆਂ ਨੇ ਬਰਾਬਰ ਨਹੀਂ ਸਲਾਈਕਾਂ ਦੇ ਵੱਲ ਨਾਲ ਲੇਕਿਨ ਔਰਤਾਂ ਵਿੱਚ ਵੀ ਬਹੁਤ ਕਾਬਲ ਔਰ ਆਲਾ ਜ਼ੇਨ ਪੈਦਾ ਹੋਏ ਨੇ ਔਰ ਮਰਦਾਂ ਵਿੱਚ ਵੀ ਜੈਸ ਇਹ ਵੀ ਕਹਿ ਸਕਨੇ ਕਿ ਹਰ ਕਿਸੇ ਦੀ ਸਲਾਹੀਅਤ ਦੂਜੇ ਨਾਲ ਵੱਖ ਹੈ ਵੱਖ ਹੈ ਬਿਲਕੁਲ ਔਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਜਿਹੜੀ ਇੱਕ ਖਾਸ ਤਬਕਾ ਹੈ ਜੋ ਔਰਤ ਨੂੰ ਸੀ ਕਹਿ ਸਕੋ ਕਿ ਉਹ ਕਮ ਅਕਲ ਹੈ ਜਾਂ ਉਹ ਜਿਹੜੀ ਰੋਹਾਨੀ ਤੌਰ ਤੇ ਉਸ ਬਲੰਦੀ ਤੇ ਨਹੀਂ ਅਪੜ ਸਕਦੀ ਇਹ ਬਿਲਕੁਲ ਗਲਤ ਗੱਲ ਹੈ ਔਰ ਮੈਂ ਸਮਝਿਆ ਕਿ ਜਿਸ ਤਰ੍ਹਾਂ ਰਾਬਿਆ ਬਸਰੀ ਨੂੰ ਇੱਕ ਪੂਰੀ ਸੂਫੀ ਨੇ ਔਰ ਅਸੀਂ ਢਾਈ ਸੂਫੀ ਸਾਡੇ ਉਮਰ ਇਹ ਕਿਹਾ ਜਾਂਦਾ ਹੈ ਕਿ ढाई कलंधर ने वो कलंधर सन पूरी कि बोल कलंदर कलंधर कलंदर कलंधर राबिया बसरी ये कहनी हाँ कि एक जी साई सोच है औरताना के हवाला हालांकि राबिया बसरी ने मुहब्बत के हवाले जो कोई तसवफ ना और जो कुछ उन्हें नफा नुकसान तो क्या इबादतों चु क्या उन्होंने कहा कि इबादता ना रब नहीं मिलना इन इबादत करनी है नफा नुकसान लिए नहीं करनी कि जन्नत दो दख जाना है ਤੁਸੀਂ ਇਬਾਦਤ ਨੂੰ ਜਦੋਂ ਰੱਬ ਦੀ ਮੁਹੱਬਤ ਨਾਲ ਜੋੜਨਾ ਹੈ ਤਾਂ ਫਿਰ ਤੁਹਾਨੂੰ ਰੱਬ ਨੇ ਮਿਲਣਾ ਹੈ ਦੁਨੀਆ ਨਾਲ ਰਹਿ ਕੇ ਇਨਸਾਨ ਸੂਫੀ ਬਣ ਸਕਦਾ ਹੈ ਕਿਸ ਹੱਦ ਤੱਕ ਹੈ ਜ਼ਰੂਰੀ ਹੈ ਬਿਲਕੁਲ ਬਣ ਸਕਦਾ ਹੈ ਕਿਉਂਕਿ ਅੱਜ ਦੇ ਦੌਰ ਵਿੱਚ ਤੁਸੀਂ ਅਸੀਂ ਐਸੇ ਸੂਫੀ ਵੀ ਦੇਖਨੇ ਆ ਕਿ ਜਿਹੜੇ ਬਾਜਵਾ ਸਾਹਿਬ ਵਰ بڑا ਅੱਛਾ ਪੈਂਟ ਕੋਡ ਪਾਇਆ ਹੋਰ ਬੜਾ ਅੱਛੀ ਐਨਕਸ ਸੋਣੀ ਲਾਈ ਹੋਈ ਹੈ ਲੇਕਿਨ ਉਹ ਸੂਫੀ ਹੁੰਦੇ ਨੇ ਤੇ ਇਸ ਇਤਿਹਾਸਿਕ ਰੁਝਾਨ ਦੀ ਗੱਲ ਹੈ ਨਾ ਨੁਕਤਾ ਨਜ਼ਰ ਦੀ ਗੱਲ ਹੈ ਦੁਨੀਆ ਨੂੰ ਦੇਖਣ ਦੀ ਗੱਲ ਹੈ ਕਿ ਤੁਸੀਂ ਕਿਹੜੇ ਪੁਆਇੰਟ ਆਫ ਊ ਤੇ ਮੁਤਾਬਕ ਜ਼ਿੰਦਗੀ ਬਸਰ ਕਰ ਰਹੇ ਹੋ ਅ ਔਰ ਮੇਰਾ ਇਹ ਹਾਲ ਹੈ ਕਿ ਕੁਝ ਰੂਹਾਂ ਨੂੰ ਰੱਬ ਜਿਹੜਾ ਹੈ ਭੇਜਦਾ ਹੀ ਇਸ ਤਰ੍ਹਾਂ ਦਾ ਖੈਰ ਦਾ ਪਿਆਮਬਰ ਬਣਾ ਕੇ ਭੇਜਦਾ ਹੈ ਉਹਨਾਂ ਨੇ ਉਹੀ ਕੰਮ ਕਰਨੇ ਨੇ ਉਹ ਜਿੱਥੇ ਵੀ ਰਹਿਣਗੇ ਉਹ ਕਿਸੇ ਸਰਕਾਰੀ ਨੌਕਰੀ ਤੇ ਹੋਣਗੇ ਘਰਾਂ ਚ ਹੋਣਗੇ ਪਿੰਡਾਂ ਚ ਹੋਣਗੇ ਉਹਨਾਂ ਨੇ ਉਹੀ ਕੰਮ ਕਰਨਾ ਕਿਉਂਕਿ ਉਹਨਾਂ ਦੀ ਬਨਾਵਟ ਹੀ ਉਸੇ ਸਮਝੀ ਹੋਈ ਹੋਣੀ ਹੈ ਕਿ ਉਹਨਾਂ ਖੈਰ ਨੂੰ ਖਿਲਾਰਨਾ ਹੈ ਔਰ ਲੋਕਾਈ ਦੀ ਖidmat ਕਰਨੀ ਹੈ ਲੋਕਾਂ ਨਾਲ ਮੁਹੱਬਤ ਕਰਨੀ ਹੈ ਇਨਸਾਨੀਅਤ ਦਾ ਇਤਰਾਮ ਕਰਨਾ ਹੈ ਵੰਡ ਦੀ ਗੱਲ ਨਹੀਂ ਕਰਨੀ ਔਰ ਧਰਤੀ ਨਾਲ ਜੋੜਨਾ ਹੈ ਲੋਕਾਂ ਨੂੰ ਤੇ ਇਹ ਮੈਂ ਸਮਝ ਨਹੀਂ ਆ ਕਿ ਅੱਜ ਦੇ ਦੌਰ ਵਿੱਚ ਵੀ ਔਰ ਜਦੋਂ ਤੱਕ ਦੁਨੀਆ ਕਾਇਮ ਹੈ ਨਾ ਕਿਆਮਤ ਨਹੀਂ ਆਂਦੀ ਤੁਸੀਂ ਸਮਝੋ ਕਿ ਇਹ ਜਿਹੜਾ ਸਿਲਸਲਾ ਕਾਇਮ ਹੈ ਜਿਸ ਦਿਨ ਇਹ سلسلہ ਖਤਮ ਹੋ ਜਾਣਾ ਯਾਨੀ ਖੈਰ ਵੱਲ ਟੁਰਨ ਦਾ ਇੱਕ سلسلہ ਖਤਮ ਹੋ ਜਾਣਾ ਤੇ ਫਿਰ ਤੇ ਇੱਕ ਐਸੀ ਆਪਾ ਦਾ ਆਪੀ ਆਣੀ ਹੈ ਕਿ ਫਿਰ ਤੁਸੀਂ ਦੁਨੀਆ 'ਚ ਸਰਵਾਈਵ ਨਹੀਂ ਕਰ ਸਕਦੇ ਨਾ ਕਿਉਂਕਿ ਸੂਫੀ ਤੁਹਾਨੂੰ ਸਭ ਤੋਂ ਵੱਡਾ ਤੇ ਗੱਲ ਇਹ ਕਿ ਲੁਕਾਈ ਨਾਲ ਜੋੜਦਾ ਹੈ ਖਿਦਮਤ ਤੇ ਖਲਕ ਦੀ ਗੱਲ ਕਰਦਾ ਹੈ ਤੁਹਾਨੂੰ ਜਿਹੜੀਆਂ ਇਨਸਾਨੀ ਕਦਰਾਂ ਨੇ ਅਸੀਂ ਜਿਨ੍ਹਾਂ ਦੀ ਮੁਮਨ ਤਬਲੀਗ ਹੀ ਕਰਦੇ ਰਹਨੇ ਉਹ ਅਮਲੀ ਤੌਰ ਤੇ ਕਰਕੇ ਦੱਸਦਾ ਹੈ ਸਿਲਾਈ ਰਹਿਮੀ ਕੀ ਹੈ ਸਖਾਵਤ ਕੀ ਹੈ ਲੋਕਾਂ ਦੀ ਮਦਦ ਕਿਸ ਤਰ੍ਹਾਂ ਕਰਨੀ ਹੈ ਤਿਹਸਰੀ ਮੈਂ ਸਮਝ ਨਹੀਂ ਆ ਕਿ ਬਿਲਕੁਲ ਹੈ ਔਰ ਬੜੇ ਬੜੇ ਅਸੀਂ ਲੋਕ ਐਸੇ ਦੇਖੇ ਨੇ ਕਿ ਜ਼ਾਹਰੀ ਤੌਰ ਤੇ ਉਹਨਾਂ ਦਾ ਹੁਲੀਆ ਕੁਝ ਹੋਰ ਹੈ ਲੇਕਿਨ ਉਹ ਅੰਦਰੋਂ ਬਹੁਤ ਰੱਬ ਦੇ ਖਾਸ ਬੰਦੇ ਨੇ ਦਰਬੇਸ਼ ਨੇ ਬਿਲਕੁਲ ਜੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਡਾਕਟਰ ਸਾਹਿਬਾ ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਔਰ ਫੇਰ ਤੋਂ ਵੇਖਾਂਗੇ ਕਿ ਹਰਦਮ ਪੀਰਾ ਤੇਰੀ ਨੋਬਤ ਬਾਜੇ ਫੇਰ ਵੰਜਲੀ ਦੀ ਆਵਾਜ਼ ਸੁਣਾਂਗੇ ਫੇਰ ਅੱਛਾ ਮੈਂ ਤੁਹਾਨੂੰ ਇਹ ਬਿਲਕੁਲ ਇਹ ਵੀ ਦੱਸਦੀ ਚੱਲਾਂ ਕਿ ਕਿ 2 ਫਰਵਰੀ ਨੇੜੇ ਹੈ ਤੇ ਅਸੀਂ ਸਾਡੇ ਜਿਹੜੇ ਵਜ਼ੀਰ ਸੱਭਿਆਚਾਰਤ ਨੇ ਪੰਜਾਬ ਦੇ ਉਹਨਾਂ ਨਾਲ ਇਸ ਸਵਾਲ ਨਾਲ ਮੀਟਿੰਗ ਚੱਲ ਰਹੀਆਂ ਨੇ ਔਰ ਉਹ ਵੀ ਕੋਸ਼ਿਸ਼ ਕਰ ਰਹੇ ਨੇ ਔਰ ਮੈਨੂੰ ਲੱਗਦਾ ਹੈ ਕਿ ਅੱਲਾ ਕਰਮ ਕਰੇਗਾ ਔਰ ਇਨਸ਼ਾਅੱਲਾ ਅਸੀਂ ਉਸ ਪਾਸੇ ਵਧਾਂਗੇ ਅਸੀਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਰਿਕੁਐਸਟ ਕਰਾਂਗੇ ਕਿ ਪੰਜਾਬ ਦੇ ਹਵਾਲੇ ਨਾਲ ਜਿਹੜਾ ਹੈ ਉਹ ਪੰਜਾਬ ਦੀ ਜ਼ੁਬਾਨ ਨੂੰ ਆਮ ਕੀਤਾ ਜਾਏ ਔਰ ਉਹਨੂੰ ਸਕੂਲਾਂ ਵਿੱਚ ਲਾਜ਼ਮੀ ਕੀਤਾ ਜਾਏ ਤੇ ਇਨਸ਼ਾਅੱਲਾ ਰੱਬ ਕਰਮ ਕਰੇਗਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਨਾਜ਼ਰੀਨ ਨਾ ਸੂਫੀ ਕੀ ਹੈ ਸੂਫੀਜ਼ਮ ਕੀ ਹੈ ਲੁਕਾਈ ਕੀ ਹੈ ਔਰ ਬੋਲੀ ਕੀ ਹੈ 21 ਫਰਵਰੀ ਬਿਲਕੁਲ ਨੇੜੇ ਆ ਰਿਹਾ ਤੁਸੀਂ ਵੀ ਆਪਣੀ ਮਾਂ ਬੋਲੀ ਵਿੱਚ ਬੋਲੋ ਔਰ ਉਹਨੂੰ ਸੈਲੀਬ੍ਰੇਟ ਕਰੋ ਹੁਣ ਵੇਲਾ ਹੋ ਗਿਆ ਕਿ ਨਿੱਕੀ ਜੀ ਬ੍ਰੇਕ ਦਾ ਬ੍ਰੇਕ ਲਜਾਣੇ ਤੇ ਮੁੜ ਕੇ ਵਾਪਸ ਆਵਾਂਗੇ ਹੋ ਜੀ ਇੱਕ ਦਫਾ ਫੇਰ ਮੁੜ ਕੇ ਵਾਪਸ ਆ ਗਏ ਆ ਪ੍ਰੋਗਰਾਮ ਦਨ ਆਇਆ ਅੱਜ ਦਾ ਮਹਿਮਾਨ ਮੇਰਾ ਨਾਂ ਹੈ ਅਲੀ ਉਸਮਾਨ ਬਾਜਵਾ ਔਰ ਪਾਕਿਸਤਾਨ ਟੀਵੀ ਲਾਹੌਰ ਸੈਂਟਰ ਤੋਂ ਲਾਈਵ ਟਰਾਂਸਮਿਸ਼ਨ ਤੁਹਾਡੇ ਹਸਤੇ ਅਸੀਂ ਲੈ ਕੇ ਆਇਆ ਬ੍ਰੇਕ ਤੋਂ ਪਹਿਲੇ ਅਸੀਂ ਸੂਫੀਇਜ਼ਮ ਤੇ ਗੱਲ ਕਰ ਰਹੇ ਸਾਂ ਔਰ ਡਾਕਟਰ ਸੁਗਰਾ ਸਦਫ ਬੜੀ ਹੀ ਡਿਟੇਲ ਨਾਲ ਸਾਨੂੰ ਦੱਸ ਰਹੀਆਂ ਸਨ ਕਿ ਸੂਫੀ ਕੀ ਹੈ ਸੂਫੀਇਜ਼ਮ ਕੀ ਹੈ ਲੋਕਾਈ ਕੀ ਹੈ ਔਰ ਅਜਦੀ ਬੋਲੀ ਦੇ ਵਿੱਚ ਲੋਕਾਂ ਨਾਲ ਗੱਲ ਕਰਨਾ ਕੀ ਹੈ ਔਰ ਅਸੀਂ ਪੰਜਾਬੀ ਚ ਹੀ ਗੱਲ ਤੁਹਾਡੇ ਨਾਲ ਕਰ ਰਹੇ ਹਾਂ ਉਹਨਾਂ ਦੇ ਜਾਣ ਤੋਂ ਬਾਅਦ ਦੋ ਨਵੇਂ ਪਰੋਣੇ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਜਿੰਨਾਂ ਵਾਸਤੇ ਸ ਇਹ ਕੈਮਰਾ ਜਾਂ ਮਾਈਕ ਵਗੈਰਾ ਕੋਈ ਨਵੀਂ ਸ਼ੈਤ ਬਿਲਕੁਲ ਨਹੀਂ ਤੁਸੀਂ ਯਕੀਨੀ ਤੌਰ ਤੇ ਅਗਰ ਆਵਾਜ਼ ਸੁਣੀਏ ਔਰ ਤੁਹਾਡੇ ਕੰਨ ਚ ਇਹ ਆਵਾਜ਼ ਪਈਏ ਆਲਾ ਤੇ ਤੁਹਾਨੂੰ ਇੱਕ ਬੰਦਾ ਯਾਦ ਜ਼ਰੂਰ ਆਉਂਦਾ ਹੋਏਗਾ ਜੀਆ ਬਿਲਕੁਲ ਉਹਨਾਂ ਦਾ ਨਾਮ ਡਾਕਟਰ ਇਜਾਜ਼ ਵਾਰਿਸ ਅਸੀਂ ਸਾਰੇ ਉਹਨਾਂ ਨੂੰ ਜੈਜ਼ੀ ਦੇ ਨਾਂ ਤੋਂ ਜਾਣਨੇ ਆ ਕਿ ਜਦ ਜੈਜ਼ੀ ਬੋਲਦਾ ਹੈ ਤਾਂ ਸਾਰਾ ਪਾਕਿਸਤਾਨ ਸੁਣਦਾ ਹੈ ਜੀ ਆਇਆਂ ਨੂੰ ਕਹਿੰਦੇ ਆ ਡਾਕਟਰ ਜਾਜ਼ਵਾਲ ਬਹੁਤ ਸ਼ੁਕਰੀਆ ਕਿ ਆਇਆਂ ਲੇਕਿਨ ਇਹ ਲਾਈਨ ਅਸੀਂ ਤੁਹਾਡੇ ਕੋਲੋਂ ਸੁਣਾਂਗੇ ਜਦੋਂ ਜੈਜ਼ੀ ਬੋਲਦਾ ਹੈ ਤੇ ਪੂਰਾ ਪਾਕਿਸਤਾਨ ਸੁਣਦਾ ਹੈ ਅੱਜ ਤੇ ਵਾਕਈ ਨਾ ਪੂਰਾ ਪਾਕਿਸਤਾਨ ਸੁਣ ਰਿਹਾ ਹਾਂ ਕੀ ਹਾਲਤ ਵਾੜਾ ਤੁਸੀਂ ਮੈਂ ਬਿਲਕੁਲ ਠੀਕ ਜੀ ਨਜ਼ਰਿੰ ਔਰ ਇਹਨਾਂ ਦੇ ਨਾਲ ਹੀ ਇੱਕ ਹੋਰ ਬੜੀ ਸੋਹਣੀ ਆਰਟਿਸਟ ਸਾਡੇ ਨਾਲ ਮੌਜੂਦ ਨੇ ਮਾਡਲਿੰਗ ਦੀ ਦੁਨੀਆ 'ਚ ਕਦਮ ਰੱਖ ਚੁੱਕੀਆਂ ਨੇ ਔਰ ਵੇਖਦੇ ਆ ਕਿ ਕਦੋਂ ਬੁਲੰਦੀ ਤੇ ਪਹੁੰਚਦੀਆਂ ਨੇ ਔਰ ਕਦੋਂ ਇੱਕ ਸੁਪਰ ਮਾਡਲ ਦੇ ਤੌਰ ਤੇ ਸਾਡੇ ਸਾਹਮਣੇ ਨਜ਼ਰ ਆਉਂਦੀਆਂ ਨੇ ਸਾਡੇ ਸਟੂਡੀਓ 'ਚ ਮੌਜੂਦ ਨੇ ਜ਼ਰਮੀਨ ਜ਼ਰਮੀਨ ਜੀ ਆਇਆਂ ਨੂੰ ਕਹਾਂਗੇ ਤੁਹਾਨੂੰ ਕੈਸੀ ਤਬੀਅਤ ਹੈ ਤੁਹਾਡੀ ਮੈਂ ਬਿਲਕੁਲ ਠੀਕ ਹਾਂ ਬਹੁਤ ਹੀ ਸੋਹਣੇ ਪੰਜਾਬਣ ਲੱਗ ਰਹੇ ਹੋ ਤੁਸੀਂ ਥੈਂਕ ਯੂ ਸੋ ਮਚ ਤੇ ਅਵਾਲ ਇੰਨੇ ਲੰਬੇ ਜਿਹੜੇ ਨੇ ਇਹਦਾ ਰਾਜ਼ ਕੀ ਹੈ ਮੈਨੂੰ ਵੀ ਦੱਸ ਦਿਓ ਇਹਦਾ ਰਾਜ਼ ਹੈ ਕਿ ਅੱਲਾ ਦੀ ਤਰਫੋਂ ਮਿਲੇ ਨੇ ਤੇ ਕੁਝ ਮਿਹਨਤ ਤੇ ਸਾਡੀ ਅੱਛਾ ਥੋੜਾ ਜਿਆਦਾ ਸਾਮ ਸੰਭਾਲ ਕਰ ਰਹੇ ਹੋ ਤੁਸੀਂ ਇਹਨਾਂ ਦੀ بڑا ਨਹੀਂ ਥੋੜਾ ਜਿਆਦਾ ਨਹੀਂ ਮੈਨੂੰ ਲੱਗਦਾ ਕਾਫੀ ਜ਼ਿਆਦਾ ਸਾਮ ਸੰਭਾਲ ਕਰਦੇ ਬੜੀ ਮਿਹਨਤ ਹੁੰਦੀ ਹੈ ਠੀਕ ਹੈ ਅੱਛਾ ਜੀ ਜੈਜੀ ਭਾਈ ਕੀ ਹਾਲਾਤ ਨੇ ਤੁਹਾਡੇ ਤੁਹਾਡੇ ਲਈ ਤੇ ਇਨਾ ਕੈਮਰਾ ਨਵਾਂ ਤੇ ਨਾ ਮਾਈਕ ਨਵਾਂ ਲੇਕਿਨ ਤੁਹਾਨੂੰ ਕਹਿਣਾ ਕੀ ਹੈ ਜੀ ਆਰ ਜੀ ਕਹਿਣਾ ਹੈ ਜਾਂ ਤੁਹਾਨੂੰ ਐਂਕਰ ਕਹਿਣਾ ਹੈ ਜਾਂ ਤੁਹਾਨੂੰ ਡਾਕਟਰ ਕਹਿਣਾ ਹੈ ਜਾਂ ਸੋਸ਼ਲ ਮੀਡੀਆ ਇਨਫਲੂਐਂਸਰ ਕਹਿਣਾ ਹੈ ਐਕਚੁਅਲੀ ਐਕਚੁਅਲੀ ਯੂ نو ਜੈਜੀ ਨਾ ਇਸ ਬੰਦੇ ਦਾ ਤੋ ਬਹੁਤ ਸਾਰੇ ਕੰਮ ਕਰਦਾ ਹੈ ਅੱਛਾ ਮੈਂ ਡਾਕਟਰ ਵੀ ਹੈਗਾ ਪ੍ਰੋਫੈਸਰ ਹੈਗਾ ਇੱਕ ਯੂਨੀਵਰਸਿਟੀ ਵਿੱਚ ਹੈਡ ਆਫ ਡਿਪਾਰਟਮੈਂਟ ਹੈਗਾ ਤੇ ਨਾਲੇ ਮੇਰਾ ਸ਼ੌਕ ਹੈਗਾ ਸਾਰਾ ਰੇਡੀਓ ਟੀਵੀ ਐਂਡ ਸੋਸ਼ਲਿਜ਼ਮ ਐਂਡ ਸੋਸ਼ਲਾਈਜ਼ਿੰਗ ਯੂ نو ਤੋ ਐਕਚੁਅਲੀ ਅ ਅ ਚੀਜ਼ਾ ਗੱਲਾ ਮੈਨੂੰ ਮਸਰੂਫ ਰੱਖਦੀ ਆ ਨੇ ਅੱਛਾ ਮੈਂ ਜਦੋਂ ਵੀ ਕੋਈ ਕੰਮ ਕਰਨਾ ਸਟਾਰਟ ਕਰਨਾ ਹੈ ਤੇ ਮੈਨੂੰ ਇਹ ਹੁੰਦਾ ਹੈ ਕਿ ਮੈਂ ਉਹ ਕੰਮ ਦੀ ਹਾਈਟ ਤੇ ਜਾਣਾ ਮੈਂ ਰੇਡੀਓ ਸਟਾਰਟ ਕੀਤਾ ਮੈਨੂੰ ਪੈਸ਼ਨ ਸੀ ਕਿ ਮੈਨੂੰ ਲੋਕ ਪਛਾਣ ਉਸ ਵੇਲੇ ਅ then ਟੀਵੀ ਸ਼ੌਕ ਪੈਦਾ ਹੋਇਆ ਕਿ ਟੀਵੀ ਕਰਨਾ ਹੈ ਯੂ نو ਟੀਵੀ ਐਕਚੁਅਲੀ ਲੋਕੀ ਤੁਹਾਨੂੰ ਵੇਖਦੇ ਨੇ ਬਿਲਕੁਲ ਐਂਜੀ ਐਂਡ ਮਾਈਕ ਤੇ ਤੁਹਾਨੂੰ ਸੁਣਦੇ ਨੇ ਟੀਵੀ ਤੇ ਤੁਹਾਨੂੰ ਵੇਖ ਹਾਂ ਰੇਡੀਓ ਤੇ ਟੀਵੀ ਦੋ ਡਿਫਰੈਂਟ ਮੀਡੀਆ ਨੇ ਬਿਲਕੁਲ ਸਹੀ ਰੇਡੀਓ ਦਾ ਆਪਣਾ ਇੱਕ ਜਾਦੂ ਹੈਗਾ एक कमरा बंद कमरा उ बहन हो तो अपने लिसनर होंगे आवाज़ नवाज़ नीक्ट कर देते हो पर टीवी लोग पहचानते हैं रस्ते में जानते जैजी है तो वो अपना एक फील्ड हैगीथोलॉजी मेरा पहला प्यार है बिकॉज मैं टीचिंग बहुत शौक है कि मैं टीच करा मेरे ख्याल कि टीचिंग दुनिया का बेहतरीन काम है ਤੇ ਜਦੋਂ ਤੁਸੀਂ ਸਟਾਰਟ ਕੀਤਾ ਤੇ ਤੁਹਾਨੂੰ ਇੰਜਰੀ ਲੱਗਾ ਕਿ ਤੁਹਾਨੂੰ ਪੜ੍ਹਨਾ ਚਾਹੀਦਾ ਸੀ ਮੈਡੀਕਲ ਦਾ ਸ਼ੋਭਾ ਇਜ਼ ਐਨ ਇੰਟਾਇਰਲੀ ਅ ਡਿਫਰੈਂਟ ਥਿੰਗ ਔਰ ਇਧਰ ਫਿਰ ਮੀਡੀਆ ਇੱਕ ਵੱਖਰੀ ਸ਼ੈਅ ਹੋਵੇ ਤੁਹਾਡੇ ਵਰਗੇ ਬਹੁਤ ਸਾਰੇ ਲੋਕ ਐ ਸਮਝਦੇ ਨੇ ਕਿ ਮੈਂ ਡਾਕਟਰੀ ਛੋੜ ਦਿੱਤੀ ਹੈ ਅੱਛਾ ਕਿ ਮੈਂ ਡਾਕਟਰੀ ਨਹੀਂ ਕਰਦਾ ਐਸੀ ਕੋਈ ਗੱਲ ਨਹੀਂ ਹੈਗੀ ਵੀਵਰਸ ਮੈਂ ਡਾਕਟਰ ਹੈਗਾ ਅੱਛਾ ਮੈਂ ਨੇ ਮੈਂ ਪਾਕਿਸਤਾਨ ਦੀ ਹਾਈਐਸਟ ਡਿਗਰੀ ਵੀ ਲੈ ਲਈ ਤੀ ਹੈਗੀ ਐਫਸੀਪੀਐਸ ਹਿਸਟੋਪੈਥੋਲੋਜੀ ਤੇ ਨਾ ਤੇ ਅੱਜਕਲ ਮੈਂ ਇੱਕ ਯੂਨੀਵਰਸਿਟੀ ਵਿੱਚ ਪੜ੍ਹਾਣਾ ਪਿਆ ਮੇਰੇ ਬਹੁਤ ਸਾਰੇ ਸਟੂਡੈਂਟਸ ਹੈਗੇ ਨੇ ਉਹ ਪਰਦੇ ਨੇ ਅਮ ਟੀਚਿੰਗ ਇੱਕ ਡਿਫਰੈਂਟ ਚੀਜ਼ ਹੈਗੀ ਹੈ ਬਿਲਕੁਲ ਡਿਫਰੈਂਟ ਹੈ 뮤జిక్ ਡਿਫਰੈਂਟ ਚੀਜ਼ ਹੈਗੀ ਹੈ ਤੇ ਐਂਕਰਿੰਗ ਡਿਫਰੈਂਟ ਚੀਜ਼ ਹੈਗੀ ਹੈ ਬਿਲਕੁਲ ਇਸ ਤਰ੍ਹਾਂ ਉਹ ਮੈਨੂੰ ਅੰਦਰ ਤੋਂ ਦਖਾੰਦਾ ਹੈ ਕਿ ਐਜ਼ ਅ ਹਿਊਮਨ ਬੀਇੰਗ ਮੈਨੂੰ ਪਤਾ ਹੈਗਾ ਹੈ ਕਿ ਮੈਂ ਟੀਚ ਕਰਨਾ ਹੈ ਮੈਂ ਡਾਕਟਰ ਹੈਗਾ ਹੈ ਮੈਂ ਦੁਖੀ ਇਨਸਾਨੀਅਤ ਦੀ ਖਿਦਮਤ ਕਰਨੀ ਹੈ ਸਹੀ ਦ ਐ ਚੀਜ਼ 뮤జిక్ ਇਮਨ ਨੂੰ ਉਸ तमाम ਟੈਨਸ਼ਨਾਂ ਤੋਂ ਦੂਰ ਕਰਦਾ ਹੈ ਸ਼ਾਮ ਦੇ ਵਕਤ ਮੈਂ ਬਹਿਣਾ ਹੈ ਕਮਰੇ ਚ ਆ ਕੇ ਆਪਣੇ ਲਿਸਨਰਸ ਨਾਲ ਗੱਲ ਕਰਨਾ ਹੈ ਤੇ ਨਾਲੇ ਸਵੇਰੇ ਮਾਰਨਿੰਗ ਸ਼ੋਅ ਵਿੱਚ ਅਸੀਂ ਲੋਕੋਨ ਨਾਲ ਗੱਲ ਕਰਨੇ ਆ ਰੋਜ਼ ਨਵੇਂ ਗੈਸਟ ਲੈ ਕੇ ਆਉਣੇ ਆ ਤੇ ਉਹਨਾਂ ਨਾਲ ਮਿਊਜ਼ਿਕ ਦੀ ਗੱਲਾਂ ਹੁੰਦੀਆਂ ਅੱਛਾ ਜੈਜੀ ਸਾਡੇ ਨਾਜ਼ਰਿਨ ਇਹ ਜਾਣਨਾ ਚਾਹੁੰਦੇ ਨੇ ਕਿ ਜੈਜੀ ਦੀ ਆਵਾਜ਼ ਉਹਨਾਂ ਸੁਣੀ ਔਰ ਜੈਜੀ ਨੂੰ ਇਸ ਰੂਪ ਚ ਵੀ ਵੇਖਿਆ ਲੇਕਿਨ ਇਸ ਉਮਰ ਚ ਵੇਖਿਆ ਬਚਪਨ ਦਾ ਜੈਜੀ ਕੀ ਸੀ ਬੜਾ ਸ਼ਰਾਰਤੀ ਜਿਆ ਸੀ ਇਹ ਬੜਾ ਚੁੱਪ ਚਾ ਸੀ ਕਿੰਜ ਦਾ ਸੀ ਬਚਪਨ ਦਾ ਜੈਸੀ ਬਹੁਤ ਸ਼ਰਾਰਤੀ ਹੈਗਾ ਸੀ ਅੱਛਾ ਕੋਈ ਸ਼ਰਾਰਤ ਤੇ ਦੱਸੋ ਸ਼ਰਾਰਤ ਮੈਨੂੰ ਹੁਣ ਯਾਦ ਤੇ ਨਹੀਂ ਕਿਉਂ ਸ਼ਰਾਰਤ ਯਾਦ ਨਹੀਂ ਨਹੀਂ ਸ਼ਰਾਰਤਾਂ ਕਾਫੀਆਂ ਹੋ ਕਾਫੀ ਹੋਈਆਂ ਨੇ ਕੋਈ ਇੱਕ ਦੱਸੋ ਐਗਜ਼ੈਕਟਲੀ ਤੇ ਯਾਦ ਨਹੀਂ ਪਰ ਮੈਂ ਅੱਬੂ ਬਤਾਨਦੇ ਸਨ ਕਿ ਦੱਸਦੇ ਸਨ ਕਿ ਮੈਨੂੰ ਕਿ ਸਭ ਟੀਵੀ ਵੇਖ ਰਹੇ ਹੁੰਦੇ ਸਨ ਤੇ आई यूज्ड टू जस्ट कम इन फ्रंट ऑफ देम अच्छा तो परे मैं आ गया रे <laughs> अच्छा शुरू नहीं हां 21 इशार था अच्छा बेल बजा के तो नहीं सोचा हां ए भी ए भी ए भी होता है बचपन में सब करते हैं ए सब करते हैं अच्छा मेरे ख्याल ना तू भी की तू भी किया है बड़ी बड़ी कीता अच्छा निके होते बड़ी बड़ी कीता अच्छा उधर ही ना कर दे ਨਹੀਂ ਹੋ ਨਹੀਂ ਅੱਛਾ ਤੋ ਬੋਰਡਿੰਗ ਜਿਵੇਂ ਤੁਸੀਂ ਦੱਸ ਰਹੇ ਸੀ ਬ੍ਰੇਕ ਤੋਂ ਪਹਿਲੇ ਕਿ ਬਚਪਨ ਤੋਂ ਤੁਸੀਂ ਸ਼ੀਸ਼ੇ ਦੇ ਸਾਹਮਣੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸੀ ਕਿ ਤੁਸੀਂ ਸ਼ਾਇਦ ਕਿਤੇ ਐਸ ਐਫ ਵੀ ਲੱਗਦਾ ਹੈ ਹਜੇ ਵੀ ਲੱਗਦਾ ਹੈ ਹਜੇ ਵੀ ਲੱਗਦਾ ਹੈ ਹੁਣ ਤੇ ਯਕੀਨ ਪੱਕ ਹੋ ਗਿਆ ਹੁਣ ਪੱਕਾ ਹੋ ਗਿਆ ਤੇ ਐਕਟਿੰਗ ਵਾਲ ਵੀ ਆਓਗੇ ਇਨਸ਼ਾਅੱਲਾ ਐਕਟਿੰਗ ਵਾਲੇ ਵੀ ਆਵਾਂਗੇ ਇਨਸ਼ਾਅੱਲਾ ਐਕਟਿੰਗ ਵਾਲੇ ਵੀ ਆਓ ਅੱਛਾ ਜਿਵੇਂ ਤੁਸੀਂ ਪ੍ਰੋਗਰਾਮ ਹੀ ਹੋਸਟ ਕਰਦੇ ਹੋ ਤੁਸੀਂ ਦੱਸੋ ਡਿਫਰੈਂਟ ਸ਼ੋਬਿਆਂ ਨਾਲ ਤੁਸੀਂ ਇਸ ਟਾਈਮ ਮੁੰਸਲੀ ਕੋ ਕਿਹੜੇ ਸ਼ੋਬੇ 'ਚ ਕੰਮ ਕਰਕੇ ਤੁਹਾਨੂੰ ਜ਼ਿਆਦਾ ਮਜ਼ਾ ਆਉਂਦਾ ਹੈ ਐਕਟਿੰਗ ਹੋਸਟਿੰਗ ਬਿਲਕੁਲ ਇਹਨਾਂ ਦੀ ਸਭ ਦੀ ਆਪਣੀ ਆਪਣੀ ਜਗ੍ਹਾ ਹੈ ਆਪਣੀ ਫੀਲਿੰਗਸ ਨੇ ਲੇਕਿਨ ਜ਼ਿਆਦਾ ਤੁਸੀਂ ਕਿਹਦੇ 'ਚ ਅੱਛਾ ਮਹਿਸੂਸ ਕਰਦੇ ਹੋ ਅਮ ਐਜ਼ ਅ ਟੀਚਰ ਉਸਤਾਦ ਆਈ ਥਿੰਕ ਅ ਮੇਰਾ ਬੈਸਟ ਯੂ ਨੋ ਬਟ ਆਈ ਥਿੰਕ ਕਿ ਉਸਤਾਦ ਵੀ ਤੇ ਨਾਲੇ ਆਰ ਜੇ ਵੀ ਤੇ ਨਾਲੇ ਟੀਵੀ ਹੋਸਟ ਵੀ ਤਮਾਮ ਦਿਲ 'ਚ ਹਰ ਕਿਸੇ ਦਾ ਵੱਖਰਾ ਵੱਖਰਾ ਖਾ ਹਰ ਰੂਪ ਦਾ ਆਪਣੀ ਕੋਈ ਨਿਖਾਜ ਆ ਜਾਂਦਾ ਹੈ ਹਾਂ

ਐਕਟਿੰਗ ਮੈਨ ਨਹੀਂ ਕਾਫੀ ਕੰਮ ਕਰਨਾ ਪਿਆ ਮੈਂ ਦੇਖਦੀ ਰਹੀਆਂ ਤੁਹਾਡੀ ਵੀਡੀਓਜ਼ ਐਕਟਿੰਗ ਤੁਸੀਂ ਕਰ ਦਿਓ ਹੈ ਨਾ ਉਹ ਐਕਟਿੰਗ ਹੋਰ ਚੀਜ਼ ਹੈਗੀ ਆ ਉਹ স্মਾਲ ਵੀਡੀਓਜ਼ ਤੇ ਐਕਟਿੰਗ ਕਰਨਾ ਉਹ ਹੋਰ ਚੀਜ਼ ਹੈਗੀ ਹੈ ਨਾ ਲੇਕਿਨ ਫੁੱਲ ਫਲੱਜ ਕਰੈਕਟਰ ਕਰਨਾ ਜ਼ਰੂਰੀ ਉਹ ਥੋੜਾ ਮੁਸ਼ਕਲ ਪੈਰਾਡਾਈਮ ਹੋ ਜਾਂਦਾ ਗਾਉਂਦਾ ਵੀ ਤੁਸੀਂ ਸ਼ੋਅ ਕਰਦੇ ਹੋ ਗਾਣੇ ਨਾ ਗਾ ਕੇ ਨਾ ਗਾਣੇ ਨਾ ਮੈਨੂੰ ਕੀ ਖਿਆਲ ਹੈ ਜੈਸੀ ਦੀ ਵੋਇਸ ਸੁਣਨੇ ਆ ਆਏ ਹੋਰ ਰੋਮੀ ਤੇ ਇੱਕ ਗਾਣਾ ਹੈ ਐਸੀ ਫਿਲਮ ਚੂੜੀਆਂ ਦਾ ਅੱਛਾ ਮੇਰਾ ਬਹੁਤ ਫੇਵਰਿਟ ਗਾਣਾ ਹੈ ਬੜੀ ਚੰਗੀ ਔਰ ਹਿੱਟ ਫਿਲਮ ਹਾਂ ਤੇ ਉਹ ਗਾਣਾ ਮੈਂ ਜਸਟ ਇੱਕ ਲਾਈਨ ਤੇ ਤੁਸੀਂ ਨਾਲ ਸਾਰੇ ਨੂੰ ਮੇਰਾ ਸਾਥ ਦੇਵੋ ਚਲੋ ਠੀਕ ਹੈ ਜੇ ਆਂਦਾ ਹੋਇਆ ਤੇ ਹਾਂ ਆਂਦਾ ਹੋਏਗਾ ਕਰਾ ਮੈਂ ਨਜ਼ਾਰਾ ਜੇ ਦੋ ਦੀ ਤਸਵੀਰ ਦਾ ਕਰਾ ਮੈਂ ਨਜ਼ਾਰਾ ਜੇ ਦੋ ਦੀ ਤਸਵੀਰ ਦਾ ਪੈਂਦਾ ਏ ਪੁੱਲੇ ਖਾ ਮੈਨੂੰ ਸੋਹਣੀ ਸਸੀ ਹੀਰ ਦਾ ਕਰਨ ਜ਼ਾਰਾ ਜਦੋਂ ਉਹਦੀ ਤਸਵੀਰ ਤਾਂ ਕਾਫੀ ਆ ਮੈਨੂੰ ਥੋੜਾ ਜਿਹਾ ਮੈਂ ਤਾਂ ਹਾਲੇ ਤੇ ਟੈਂਪੋ ਬਣਿਆ ਸੀ

ਚੈਲੰਜ ਹੋ ਗਿਆ ਭਾਈ ਜ਼ਰੀਨ ਕੋਈ ਵੀ ਪੰਜਾਬੀ ਗਾਣਾ ਦੱਸੋ ਸਾਨੂੰ ਤੇ ਅਸੀਂ ਉਹ ਸੁਣਾਵਾਂਗੇ ਤੁਹਾਨੂੰ ਲਓ ਜੀ ਜ਼ਰੀਨ ਹਾਂ ਨਹੀਂ ਨਹੀਂ ਉਤੇ ਫਤਿਹ ਅਸलम ਦਾ ਮਿਲਦੀਆਂ ਗੱਲਾਂ ਕਹਿੰਦੇ ਫਿਰ ਚਲੋ ਠੀਕ ਐਨਾ ਵੀ ਪੰਜਾਬੀ ਪੰਜਾਬੀ ਇਧਰ ਵਾਲਾ ਪੰਜਾਬੀ ਚਲੋ ਠੀਕ ਗੱਲ ਐ ਅੱਛਾ ਇਹ ਦੱਸੋ ਕਿ ਜਿਹੜੇ ਨਵੇਂ ਕੁਝ ਲੋਕ ਰੇਡੀਓ ਜੁਆਇਨ ਕਰ ਰਹੇ ਹੋ ਟੈਲੀਵਿਜ਼ਨ ਜੁਆਇਨ ਕਰ ਰਹੇ ਹੋ ਕੁਝ ਬੜਾਈ ਬੇਸਿਕ ਜਿਹਿਆਂ ਚੀਜ਼ਾਂ ਜਿਹੜੀਆਂ ਕਿ ਜੈਜੀ ਨੇ ਸਿੱਖੀਆਂ ਓਵਰ ਦ ਪੀਰੀਅਡ ਆਫ ਟਾਈਮ ਬਹੁਤ ਅੱਛਾ ਸਵਾਲ ਹੈ ਪਹਿਲੀ ਦਫਾ ਕੈਮਰਾ ਜਦੋਂ ਫੇਸ ਕੀਤਾ ਪਹਿਲੀ ਦਫਾ ਮਾਈਕ ਤੇ ਬੈਠੇ ਹੋਗੇ ਤੇ ਹਰ ਦਫਾ ਹਰ ਕਿਸੇ ਨੂੰ ਹੁੰਦਾ ਹੀ ਇਹ ਸਟਾਰਟ ਦੇ ਵਿੱਚ ਉਹ ਥੋੜੇ ਜਿਹਾ ਕੁਝ ਗੋਲਡਨ ਟਿਪਸ ਰੂਲਸ ਦੇ ਹੀ ਦਿਓ ਜਿਹੜੇ ਕੋਈ ਵੇਖ ਰਹੇ ਨੇ ਹਾਂ ਦੋ ਤਿੰਨ ਟਿਪਸ ਮੈਂ ਦਵਾਗਾ ਆਪਣੇ ਨਿਊ ਆਰ ਜੇਸ ਨੂੰ ਕਿ ਇੱਕ ਤੇ ਤੁਹਾਨੂੰ ਕੋਈ ਕਮਾਂਡ ਨਹੀਂ ਹੁੰਦਾ ਅਕਸਰ ਮੈਂ ਸੁਣਨਾ ਗਾੜੀ ਵਿੱਚ ਕਿ ਕੀ ਚੱਲਦਾ ਪਿਆ ਤੇ ਤਿੰਨ ਚੀਜ਼ਾਂ

ਤੇ ਜਿਹੜਾ ਵੀ ਤੁਸੀਂ ਟੌਪਿਕ ਲੈ ਕੇ ਚੱਲਦੇ ਪਏ ਹੋ ਉਹਦੇ ਉੱਤੇ ਹੋਲਡ ਗ੍ਰਿਪ ਹੋਣੀ ਚਾਹੀਦੀ ਸਹੀ ਅਮ ਤੁਹਾਨੂੰ ਸ਼ੌਕ ਹੈ ਸਿਆਸਤ ਦਾ ਤੁਸੀਂ ਸਿਆਸੀ ਸ਼ੋਅ ਕਰਦੇ ਪਏ ਹੋ ਯੂ ਸ਼ੁਡ ਹੈਵ ਹੋਲਡ ਔਨ ਪੋਲਿਟਿਕਸ ਅਗਰ ਤੁਸੀਂ ਸ਼ੋਬੀਜ਼ਾ ਸ਼ੋਅ ਕਰਦੇ ਪਏ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 뮤ਜ਼ਿਕ ਵਿੱਚ ਕੌਣ ਇਨ ਹੈ ਕੌਣ ਆਊਟ ਹੈ ਕੋਈ ਸੈਂਸ ਨਾ ਹੋਵੇ ਪਤਾ ਨਾ ਹੋਵੇ ਜਸਟ ਵੇਖ ਕੇ ਟੀਵੀ ਤੋਂ ਤੁਸੀਂ ਦੱਸ ਦਵੋ ਇਹ ਵੀ ਗੱਲ ਅਪਕਮਿੰਗ ਫਿਲਮਾਂ ਕਿਹੜੀਆਂ ਆ ਰਹੀਆਂ ਨੇ ਕਿਹੜੀਆਂ ਪਾਈਪਲਾਈਨ ਚ ਨੇ ਇਹ ਕਿ ਨਾ ਇਹ ਗੱਲਾਂ ਇਨਬੌਰਨ ਹੁੰਦੀਆਂ ਨੇ ਇਹ ਸ਼ੌਕ ਨਾਲ ਪੈਦੀਆਂ ਹੋ ਪੈਦਾ ਹੁੰਦੇ ਨੇ ਸ਼ੌਕ ਹੋਏਗਾ ਤੇ ਤੇ ਹੀ ਤੁਸੀਂ ਬੋਲ ਪਾਓਗੇ ਹਾਂਜੀ ਤੇ ਪ੍ਰੋਨੰਸੀਏਸ਼ਨ ਬਹੁਤ ਜ਼ਰੂਰੀ ਹੈ ਵੀ ਅਸੀਂ ਬਹੁਤ ساری ਗਲਤੀ ਕਰਦੇ ਨੇ ਕਿ ਤੁਹਾਨੂੰ ਪਤਾ ਹੀ ਨਹੀਂ ਹੈਗਾ ਤੁਸੀਂ ਕੀ ਬੋਲ ਜਾਂਦੇ ਹੋ ਕਿਸ ਵਕਤ ਕੀ ਬੋਲਣਾ ਹੈ ਕੈਜੂਅਲ ਅੰਦਾਜ਼ ਤੇ ਆਖਰੀ ਚੀਜ਼ ਲਹਿਜਾ ਠੀਕ ਹੈ ਇੱਕ ਕਾਲ ਆਂਦੀ ਹੈ ਅੱਜਕੱਲ ਕੀ ਹੁੰਦਾ ਪਿਆ ਕਾਲਰ ਕਾਲ ਕਰਦਾ ਹੈ

ਹਜੇ ਤੇ ਮੋਡਲਿੰਗ 'ਚ ਮੈਂ ਕਦਮ ਰੱਖਿਆ ਤੇ ਵੇਖੋ ਅੱਗੇ ਕੀ ਹੁੰਦਾ ਹੈ ਦੇਖਨੇ ਅੱਛਾ ਚੰਗਾ ਹੀ ਹੋਏਗਾ ਚੰਗਾ ਹੀ ਹੋਏਗਾ ਵੱਧ ਜਾਈਂਗਾ ਅੱਲਾ ਚੰਗੀਆਂ ਕਰੇਗਾ ਬਿਲਕੁਲ ਚੰਗੀਆਂ ਕਰੇਗਾ ਆਪਣੀ ਜਿਹੜੀ ਸੈਲਫ ਗਰੋਮਿੰਗ ਹੈ ਬੀਇੰਗ ਐਨ ਅ ਮਾਡਲ ਤੁਸੀਂ ਕੀ ਕਰਦੇ ਹੋ ਬਈ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਐਕਟੀਵਿਟੀਆਂ ਹਲੇ ਤੇ ਐ ਹੀ ਨੇ ਕਿ ਬਸ ਸ਼ੀਸ਼ਾ ਹੈ ਗਿਆ ਤੇ ਮੈਂ ਗੀਆਂ ਤੇ ਫਿਊਚਰ ਸੋਚਦੀ ਰਹਿਣੀ ਆ ਤੇ ਮਾਡਲ ਬੰਨਣਾ ਹੈ ਕਰਨਾ ਹੋ ਕਰਨਾ ਹੈ ਤੇ ਵੇਖੋ ਕੀ ਹੁੰਦਾ ਫਿਊਚਰ 'ਚ ਤੇ ਮਿਊਜ਼ਿਕ ਦੇ ਵਿੱਚ ਅੱਜ ਕੱਲ ਤੁਹਾਨੂੰ ਕੀ ਲੱਗਦਾ ਕਿ ਅਸੀਂ ਉਹਦੇ ਚ ਚੰਗਾ ਮਿਊਜ਼ਿਕ ਵਧੀਆ ਮਿਊਜ਼ਿਕ ਜਿਹੜਾ ਕਿ ਪਾਕਿਸਤਾਨੀ ਫਲੇਵਰ ਸੀ ਪੌਪ ਮੌਸਿਕੀ ਦਾ ਇੱਕ ਫਲੇਵਰ ਸੀ ਉਹ ਅਸੀਂ ਰੱਖਿਆ ਹੋਇਆ ਹੈ ਜਾਂ ਅਸੀਂ ਕਾਪੀ ਸ਼ੁਰੂ ਕਰ ਦਿੱਤੀ ਕਿਸੇ ਹੋਰ ਦੀ ਯੂ نو ਇੱਕ ਜ਼ਮਾਨਾ ਹੈ ਜਿੱਦੋਂ ਐਲਬਮ ਆਉਂਦੀਆਂ ਸਨ ਐਲਬਮ ਦੀ ਆਪਣੀ ਇੱਕ ਖੁਸ਼ਬੂ ਹੁੰਦੀ ਸੀ ਉਹਨੂੰ ਟੌਨ ਕਰਨਾ ਤੇ ਉਹਨੂੰ ਉਹਨੂੰ ਪਲੇ ਕਰਨਾ ਹੁਣ ਸੋਲੋ ਗਾਣੇ ਆਉਂਦੇ ਨੇ ਤੇ ਆਈ ਥਿੰਕ ਮਿਊਜ਼ਿਕ ਸਾਡਾ ਹਾਲੇ ਵੀ ਬਹੁਤ ਬਿਹਤਰ ਹੈ

नसीबउलाल दी आवाज ਦਾ ਜਾਦੂ ਇੱਕ ਖਾਸ ਰੇਂਜ ਉਤੇ ਪਹੁੰਚਦਾ ਕੋਈ ਨਹੀਂ ਪਹੁੰਚਦਾ ਕੋਈ ਨਹੀਂ ਹੈ ਉਹ ਜਿਹੜੇ ਲੋਕੀ ਕ੍ਰਿਟਿਸਾਈਜ਼ ਵੀ ਕਰ ਰਹੇ ਨੇ ਉਹ ਨਹੀਂ ਪਹੁੰਚ ਸਕਦੇ ਇੱਕ ਹਫ਼ਤੇ ਵਿੱਚ 9 ਮਿਲੀਅਨ 10 ਮਿਲੀਅਨ ਵਿਊਜ਼ ਆ ਗਏ ਨੇ ਬੜੀ ਗੱਲ ਹੈ ਕਿ ਹਾਂ ਲੋਕਾਂ ਨੇ ਪਸੰਦ ਕੀਤਾ ਤੇ ਹੁਣ ਸਾਡੇ ਕੋਲ ਆतिफ ਅਸलम ਵੀ ਹੈਗੇ ਨੇ ਨਸੀਬਉਲਾਲ ਵੀ ਹੈਗੇ ਨੇ ਬਿਲਾਲ ਸੈਦ ਵੀ ਹੈਗਾ ਤੇ ਹਰ ਯੋਨਾ ਦੇ ਪੀਪਲ

ਅਮਮ ਆਤੀਫ ਅਸਲ ਵਾਈਟਲ ਸਾਈਨਸ ਆਤੀਫ ਅਸਲ ਦੇ ਹੋਰ ਸਾਰੇ ਜੀ ਆਤੀਫ ਤੇ ਖੈਰ ਹਾਂ ਉਹਨੇ ਇੱਕ ਮਕਾਮ ਅੱਛਾ ਗੱਲਾਂ ਚ ਪਤਾ ਨਹੀਂ ਲੱਗਾ ਕਿ ਟਾਈਮ ਲੰਘ ਗਿਆ ਸਾਡਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੇ ਜਾਂਦੀ ਹਰੀ ਕੋਈ ਸ਼ੋਅ ਦੇ ਬਾਰੇ ਆਪਣਾ ਇੱਕ ਪੈਗਾਮ ਦੱਸ ਦਿਓ ਕਿ ਤੁਹਾਨੂੰ ਕੀ ਮਤ ਲੱਗਾ ਸਾਡੇ ਸੱਜ ਤੇ ਆ ਕੇ ਰੈਸ਼ ਸ਼ੋਅ ਬਹੁਤ ਬਹੁਤ ਚੰਗਾ ਲੱਗਾ ਇੱਥੇ ਆ ਕੇ ਬਹੁਤ ਪਿਆਰਾ ਸੈਟ ਹੈਗਾ ਤੇ ਨਾਲੇ ਮੈਂ ਅੱਜ ਕੋਸ਼ਿਸ਼ ਪੂਰੀ ਕੀਤੀ ਹੈ ਕਿ ਮੈਂ ਪੰਜਾਬੀ ਬੋਲ ਸਕਾਂ ਜਿੰਨੀ ਜਿੰਨੀ ਅੱਜ ਮੈਨੂੰ ਆਂਦੀ ਹੈ ਬੁਲਾਣਾ ਕਰਨਾ ਤੁਹਾਨੂੰ ਨਹੀਂ ਜਿੰਨੀ ਮੈਨੂੰ ਆਂਦੀ ਸੀ ਅਸ ਮੈਂ ਟਰਾਈ ਕੀਤੀ ਹੈ ਬਟ ਪੰਜਾਬੀ ਬੜੀ ਮਿੱਠੀ ਜ਼ੁਬਾਨ ਹੈ ਇਹ ਤੇ ਸਾਡੀ ਆਪਣੀ ਜ਼ੁਬਾਨ ਹੈ ਬਿਲਕੁਲ ਅਸੀਂ ਪੰਜਾਬੀ ਆ ਸੇ ਵੀ ਪਾਕਿਸਤਾਨੀ जी नजरीन जैजी और जरीन साम का वेला खतम हो गया और जि हमेशा प्रोग्राम खत्म होने तक मैं कहना एक शेर जरा सोनिया हो गया दोहरावगा लै यारे रब दे <laughs> <चारी> <laughs> ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ